ਮੇਰੀ ਹਸਦੀ ਬਸ ਦੀ ਜ਼ਿੰਦਗੀ ਦੇ ਵਿੱਚ ਕਦੋਂ ਇੱਕੋ ਦਮ ਨਸ਼ਾ ਆ ਗਿਆ ਯਾਰ ਮੈਨੂੰ ਵੀ ਨਹੀਂ ਪਤਾ ਲੱਗਿਆ ਜਦੋਂ ਮੈਂ 9ਵੀਂ ਚ ਪੜਦਾ ਹੁੰਦਾ ਸੀਗਾ ਉਦੋਂ ਮੇਰੀ ਸ਼ੁਰੂਆਤ ਹੋ ਗਈ ਸੀ ਮਤਲਬ ਛੋਟੇ ਨਸ਼ੇ ਤੋਂ ਮੇਰੀ ਜਦ ਜ਼ਿੰਦਗੀ ਦੇ ਵਿੱਚ ਕਦੋਂ ਚਿੱਟਾ ਆ ਗਿਆ ਮੈਨੂੰ ਪਤਾ ਨਹੀਂ ਲੱਗਿਆ ਹੈਗਾ ਸੈਟ ਹੋ ਗਈ ਚੈਨੀ ਖੈਨੀ ਜਰਦਾ ਇਹ ਇਹਦੇ ਤੋਂ ਅੱਗੇ ਕਿਵੇਂ दारू ਬੀਅਰ ਬੀਅਰ ਤਾਂ ਕਦੋਂ ਚਿੱਟਾ ਆ ਗਿਆ ਮੈਨੂੰ ਖੁਦ ਨੂੰ ਨਹੀਂ ਪਤਾ ਲੱਗਿਆ ਹੈਗਾ ਦੋ ਜਣੇ ਬੈਠੇ ਜਣਾ ਲਾ ਰਹੇ ਸੀਗੇ ਤੇ ਲਾਂਦੇ ਲਾਂਦੇ ਕਦੋਂ ਉਹਨਾਂ ਨੂੰ ਮੈਂ ਕਿਹਾ ਕਿ ਲਿਆ ਮੈਂ ਵੀ ਲਾ ਕੇ ਦੇਖ ਲੈਣਾ ਉਹ ਪਹਿਲੀ ਲੈਣ ਜਦੋਂ ਲਾਈ ਮੈਂ ਤੇ ਮੈਨੂੰ ਪਤਾ ਨਹੀਂ ਲੱਗਿਆ ਅੱਗੇ ਜਾ ਕੇ ਕਹਿ ਸਕਦੇ ਹਾਂ ਕਿ ਅੱਗੇ ਤੋਂ ਕਿਵੇਂ ਹੋਰ ਕੰਮ ਵੱਧ ਗਿਆ ਉਹ ਵਦੋ ਹੋ ਕੇ ਮੈਂ 4 ਘੰਟੇ ਬਾਅਦ ਉੱਠਿਆ ਸੀਗਾ ਹਾਂਜੀ ਉਦੋਂ ਮੇਰੇ ਘਰ ਦੇ ਨੂੰ ਹਕੀਕਤ ਪਤਾ ਲੱਗਿਆ ਸੀਗਾ ਇਹ ਲਾਉਣ ਲੱਗ ਗਿਆ ਉਦੋਂ ਉਹਨਾਂ ਦੀ ਉਮੀਦ ਸਾਰਾ ਕੁਝ ਟੁੱਟ ਚੁੱਕਿਆ ਸੀਗਾ ਜਿਹੜਾ ਪਿਆਰ ਸੀਗਾ ਉਹ ਮਿੱਟੀ ਪੈ ਗਿਆ ਸੀਗਾ ਵੀਰੇ ਇੰਟਰਵਿਊ ਚੱਲ ਰਹੀ ਆ ਇੰਟਰਵਿਊ ਦੇ ਵਿੱਚ ਦੇਖ ਰਹੇ ਨਹੀਂ ਕਿ ਇੱਕ ਨੌਜਵਾਨ ਓਵਰਡੋਜ਼ ਟੀਕਾ ਲਾ ਕੇ ਓਵਰਡੋਜ਼ ਦੀ ਮੌਤ ਮਰ ਗਿਆ ਠੀਕ ਆ ਤੇ ਉਦੋਂ ਮੇਰੇ ਘਰ ਦੇ ਕਹਿੰਦੇ ਪੁੱਤ ਆਹ ਕੰਮ ਨਾ ਕਰੀ ਉੱਥੇ ਮੇਰੇ ਦਿਲ ਦੇ ਵਿੱਚ ਆਇਆ ਮੈਂ ਉਹਨਾਂ ਨੂੰ ਕਿਹਾ ਲਾ ਹਾਂ ਉਹਨਾਂ ਨੂੰ ਹੁਣ ਕੀ ਦੱਸਾਂ ਕਿ ਮੈਂ ਵੀ ਇਹ ਲਾਈਨ ਦੇ ਵਿੱਚ ਵੱਢ ਚੁੱਕਿਆ ਖਰਚੇ ਵੱਲੋਂ ਮੈਨੂੰ ਕੋਈ ਦਿੱਕਤ ਨਹੀਂ ਆਉਂਦੀ ਸੀ ਕਿਉਂਕਿ ਮੈਂ लाਡਲਾ ਸੀਗਾ ਸਾਰਿਆਂ ਦੇ ਘਰ ਦਾ ਕਿਰਤ ਕਹਿ ਦਿੰਦੇ ਹੁੰਦੇ ਨੇ ਕੀ ਚਾਚੇ ਹੁਣ ਉਹਦਾ ਮੈਂ लाਡਲਾ ਸੀਗਾ ਉਹ लाਡਲੇ ਦੇ ਚੱਕਰ ਦੇ ਵਿੱਚ ਮੈਂ ਇੰਨਾ ਕਿ ਬਿਗੜ ਗਿਆ ਸੀਗਾ ਵੀਰੇ ਮੈਨੂੰ ਖੁਦ ਨੂੰ ਨਹੀਂ ਪਤਾ ਲੱਗਿਆ ਜੀ ਮਾਂ ਨੇ ਨੀ ਚੀਜ਼ ਵੀ ਮੈਨੂੰ ਕਹੀ ਹੋਈ ਆ ਤੂੰ ਜੰਮਦਾ ਹੀ ਨਾ ਤੂੰ ਮੇਰੇ ਢਿੱਡੇ 'ਚ ਹੀ ਮਰ ਜਾਂਦਾ ਉਹ ਕਿੰਨਾ ਮੈਂ ਥੱਲੇ ਲਾ ਚੁੱਕਿਆ ਸੀ ਕਰਦਿਆਂ ਵੀਰੇ ਹਮਲੀ ਬੰਦੇ ਨੂੰ ਵੀਰੇ ਆਪਣਾ ਹੀ ਹੁੰਦਾ ਵਾ ਠੀਕ ਆ ਮੈਂ ਆਪਦਾ ਨਸ਼ਾ ਕਰ ਲਵਾਂ ਮੇਰੇ ਵੱਲੋਂ ਕੋਈ ਮਰਦਾ ਮੇਰੀ ਮਾਂ ਮਰਦੀ ਆ ਮੇਰਾ ਪਿਓ ਮਰਦਾ ਮੇਰੇ ਘਰ ਦਾ ਕੋਈ ਮਰਦਾ ਉਹਨੂੰ ਕੋਈ ਨਹੀਂ ਹੁੰਦਾ ਅਮਲੀ ਬੰਦੇ ਨੂੰ ਸਿਰਫ ਇਹ ਹੁੰਦਾ ਵਾ ਮੈਂ ਆਪਣੀ ਗੱਲ ਦੱਸ ਰਿਹਾ ਕਿ ਮੈਨੂੰ ਇਹ ਸੀਗਾ ਕਿ ਮੈਂ ਆਪਦਾ ਨਸ਼ਾ ਕਰਾਂ ਬਾਕੀ ਜੋ ਮਰਜੀ ਹੋਵੇ ਇਹ ਖੂਨ ਦੇ ਹੰਝੂ ਹੁੰਦੇ ਨੇ ਜਿਵੇਂ ਖੂਨ ਦੇ ਹੰਝੂ ਤੱਕ ਰਵਾਏ ਨੇ ਮੈਂ ਉਹਦੀ ਮਾਂ ਨੂੰ ਵੀ ਰਿਆ ਖੁੱਦ ਨਹੀਂ ਯਾਰ ਮਾਮੇ ਹੁਣੀ ਲਾਲਾ ਬਿਰੇ ਸਕੇ ਰਿਸ਼ਤੇ ਦਾ ਆਪਦੇ ਮੁੰਡੇ ਨੂੰ ਜਾਂ ਆਪਦੇ ਬੱਚਿਆਂ ਨੂੰ ਕਹਿੰਦੇ ਸੀ ਨਾ ਇਹਦੇ ਕੋਲ ਨਾ ਜਾ ਵਿਗਾੜ ਦੂਗਾ ਕੁਝ ਲੋਕਾਂ ਨੇ ਨਾ ਪਿੰਡ ਦੇ ਲੋਕਾਂ ਨੇ ਦੱਸਿਆ ਵੀ ਸੀ ਮੇਰੇ ਘਰੇ ਕਿ ਤੇਰਾ ਮੁੰਡਾ ਜਾਂ ਤੇਰਾ ਭਤੀਜਾ ਚਾਚੇ ਨੇ ਮੇਰੇ ਨੂੰ ਕਿ ਇਹ ਐਂ ਕਰਨ ਲੱਗ ਗਿਆ ਇਹ ਟੀਕੇ ਲਾਉਣ ਲੱਗ ਗਿਆ ਮੇਰੇ ਚਾਚੇ ਨੇ ਮੇਰੇ ਪਿੱਛੇ ਲੜਿਆ ਸਗੋ ਉਹ ਹਾਂ ਮੇਰਾ ਦਾਤਾ ਮੇਰੇ ਪਿੱਛੇ ਲੜਿਆ ਕਿ ਨਹੀਂ ਤੂੰ ਸਾਡਾ ਰਿਸ਼ਤਾ ਤੋੜਨਾ ਚਾਹਨਾ ਚਾਚੇ ਪਤੀਜੇ ਦਾ ਜਿਹੜਾ ਇੰਨਾ ਪਿਆਰ ਹੈ ਨਾ ਉਹ ਤੋੜਨਾ ਚਾਹੁੰਦੇ ਆ ਮੇਰਾ ਪਤੀਜਾ ਨਹੀਂ ਇਹ ਕੰਮ ਕਰ ਸਕਦਾ ਹੈ ਉਹਨੇ ਜਦ ਦੇਖਿਆ ਬਸ ਯਾਦ ਨੂੰ ਪਤਾ ਲੱਗਿਆ ਉਹਨੇ ਵੀ ਆਪਣੇ ਮੂੰਹੋਂ ਯਾਰ ਇੰਨੀ ਗੱਲ ਕਹ ਦਿੱਤੀ ਸੀ ਕਿ ਤੂੰ ਅੱਜ ਤੋਂ ਬਾਅਦ ਮੇਰੇ ਚੁੱਕਿਆ ਮਰ ਚੁੱਕਿਆ ਯਾਰ ਮੈਂ ਇਹੀ ਸੋਚ ਲੂੰਗਾ ਕਿ 12 ਸਾਲ ਜਿੰਨਾ ਤੈਨੂੰ ਪਿਆਰ ਕਰਿਆ ਵਾ ਠੀਕ ਆ ਮਿੱਟੀ ਪੈ ਗਿਆ ਯਾਰ ਉਸ ਦਾ ਤਿੰਨ 4 ਲੱਖ ਦਾ ਸੋਨਾ ਸੀਗਾ ਮੇਰੀ ਮਾਤਾ ਦਾ ਉਹ ਮੈਂ 1.5 ਲੱਖ ਦਾ ਵੇਚਿਆ ਵੀਰੇ ਮੇਰੇ ਕੋਲ ਪ੍ਰਾਹ ਹੁੰਦਾ ਜਿਹੜਾ ਮਨ ਨੂੰ ਆਪਣੀ ਭੈਣ ਵਾਸਤੇ ਤਾਂ ਜਾਨ ਵੀ ਹਾਜ਼ਰ ਕਰ ਦਿੰਦਾ ਮਨ ਨੂੰ ਕੀ ਸਾਈ ਕੀ ਸੀਗੀ ਫਿਰ ਵੀ ਯਾਰ ਭੈਣ ਦੇ ਵਿਆਹ ਨੂੰ ਮਨ ਲੋ ਪਿਓ ਨੇ ਸਾਂਭ ਕੇ ਰੱਖਿਆ ਹੋਇਆ ਜਾਂ ਮਾਂ ਨੇ ਰੱਖਿਆ ਹੋਇਆ ਉਹ ਵੇਚਿਆ ਏ ਬਸ ਵੀਰੇ ਪਤਾ ਹੀ ਨਹੀਂ ਲੱਗਿਆ ਰੋਕਿਆ ਵੀ ਮੇਰੇ ਯਾਰਾਂ ਨੇ ਮੈਂ ਵੀ ਸਵਾਦ ਲੈ ਕੇ ਦੇਖਣਾ ਸੀ ਜਿਹੜਾ ਤੁਸੀਂ ਕਹਿੰਦੇ ਸਵਰਗਾਂ ਦਾ ਝੂਠਾ ਕਿਸੇ ਨੇ ਕਿਹਾ ਆ ਜਮਾਂ ਲੋ ਸਵਰਗਾਂ ਦਾ ਝੂਠਾ ਸੀ ਜਾਂ ਤਵਾਹੀ ਦਾ ਝੂਠਾ ਸੀ ਵੀਰੇ ਤਵਾਹੀ ਦਾ ਝੂਠਾ ਸੀਗਾ ਸਵਰਗਾਂ ਦਾ ਤਾਂ ਕਹਿਣਾ ਸੀ ਯਾਰ ਉਹ ਤਵਾਹੀ ਬਣ ਗਈ ਤਵਾ ਉਹ ਵੀਰੇ ਜਿੰਦਗੀ ਕੋਈ ਫਾਇਦਾ ਨਹੀਂ 2 ਮਿੰਟ ਦਾ ਸਵਾਦ ਨਰਕਾ ਤੱਕ ਲਿਆ ਦਿੰਦਾ ਕਿੰਨੇ ਲੱਖਾਂ ਦਾ ਮੰਨ ਲਓ ਨਸ਼ਾ ਕਰਕੇ ਹੁਣ ਤੱਕ 4-5 ਸਾਲ ਦਾ 20-30 ਤੋਂ ਪਲੱਸ ਤਾਂ ਮੈਂ ਨਸ਼ਾ ਕਰਕੇ ਆ ਹਾਂ 20 ਦਾ 20-30 ਲੱਖ ਤੋਂ ਵੱਧ ਦਾ ਨਸ਼ਾ ਕਰ ਕਰਕੇ ਆ ਹਾਂ ਮੈਂ ਤਾਂ ਨौजवान ਨੂੰ ਜਿਹੜੇ ਕਹਿੰਦੇ ਨੇ ਸਵਾਦ ਲੈਣ ਦੇ ਚੱਕਰ ਦੇ ਵਿੱਚ ਜਾਂ ਚੋੜਵਾਜੀ ਚ ਵੀ ਕਹਿੰਦੇ ਆ ਮੈਂ ਤਾਂ ਇਹੀ ਸੁਨੇਹਾ ਦੇਣਾ ਨਾ ਵੀਰੇ ਆਹ ਦੇਖੋ ਹੱਥ ਜੋੜਨੇ ਆ ਨਸ਼ਿਆਂ ਦਾ ਧੂਆਂ ਬੀਬੀ ਖੋਪੜ ਨੂੰ ਪਾੜਨਾ ਦੇਵੇ ਕਿਧਰੇ ਪੰਜਾਬ ਨੂੰ ਇਹਦਾ ਭੋਲਾਪਣ ਮਾਰਨਾ ਦੇਵੇ ਪੰਜਾਬ ਦੇ ਉੱਤੇ ਉੜਤਾ ਪੰਜਾਬ ਵਰਗੀਆਂ ਫਿਲਮਾਂ ਬਣੀਆਂ ਪਰ ਉਸ ਤੋਂ ਬਾਅਦ ਕਿਸੇ ਨੇ ਇਹ ਫਿਲਮ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਜੇ ਨੌਜਵਾਨ ਨਸ਼ੇ ਦੀ ਦਲਦਲ ਦੇ ਵਿੱਚ ਫਸ ਜਾਂਦੇ ਨੇ ਤਾਂ ਨਿਕਲ ਵੀ ਜਾਂਦੇ ਨੇ ਤਾਂ ਸਾਡੇ ਨਾਲ ਅਜਿਹਾ ਹੀ ਇੱਕ ਨੌਜਵਾਨ ਹੈ ਰਮਨ ਜਿਹੜਾ ਪਹਿਲਾਂ ਨਸ਼ਿਆਂ ਦੀ ਦਲਦਲ ਦੇ ਵਿੱਚ ਫਸ ਗਿਆ ਸੀ ਪਰ ਨਿਕਲੇ ਆ ਵੀ ਉਸ ਤਰੀਕੇ ਦੇ ਨਾਲ ਕਿ ਅੱਜ ਸਾਡੇ ਨਾਲ ਬੈਠਾ ਬਹੁਤ ਵਧੀਆ ਬਾਈ ਦੀ ਸਿਹਤ ਵੀ ਹੈ ਤੁਹਾਨੂੰ ਦੇਖਣ ਨੂੰ ਵੀ ਲੱਗਦਾ ਹੋਣਾ ਬਾਈ ਜੀ ਸਵਾਗਤ ਹੈ ਪਰੂ ਪੰਜਾਬ ਟੀਵੀ ਤੇ ਸასი ਗਾ ਜੀ ਤਾਂ ਬਾਈ ਜਿਵੇਂ ਮੈਂ ਗੱਲ ਕੀਤੀ ਹੈ ਫਿਲਮ ਬਣੀ ਉੜਤਾ ਪੰਜਾਬ ਉੱਚ ਦਿਖਾਇਆ ਗਿਆ ਪੰਜਾਬ ਦੇ ਵਿੱਚ ਨਸ਼ਿਆਂ ਦੀ ਪ੍ਰਮਾਰ ਹੈਗੀ ਆ ਨਸ਼ਾ ਕਰਦੇ ਨੇ ਨੌਜਵਾਨ ਪਰ ਉਸ ਤੋਂ ਬਾਅਦ ਕਦੇ ਇਹ ਫਿਲਮ ਨਹੀਂ ਬਣੀ ਚਾਹੇ ਬਣਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਗਈ ਕਿਸੇ ਨੇ ਵੀ ਨੌਜਵਾਨ ਜੇ ਦਲਦਲ ਦੇ ਵਿੱਚ ਇਸ ਦੇ ਵਿੱਚ ਫਸਦੇ ਨੇ ਤਾਂ ਨਿਕਲ ਵੀ ਜਾਂਦੇ ਨੇ ਤੁਸੀਂ ਇਸ ਦਲਦਲ ਦੇ ਵਿੱਚ ਪੈਂਦੇ ਕਿਵੇਂ ਹੋ ਵੀਰੇ ਹਸ ਦੀ ਬਸ ਦੀ ਜ਼ਿੰਦਗੀ ਦੇ ਵਿੱਚ ਕਦੋਂ ਇੱਕੋ ਦਮ ਨਸ਼ਾ ਆ ਗਿਆ ਯਾਰ ਮੈਨੂੰ ਵੀ ਨਹੀਂ ਪਤਾ ਲੱਗਿਆ ਨਸ਼ਾ ਸ਼ੁਰੂਆਤ ਮੇਰੀ ਜਦੋਂ ਮੈਂ 9ਵੀਂ ਚ ਪੜਦਾ ਹੁੰਦਾ ਸੀਗਾ ਉਦੋਂ ਮੇਰੀ ਸ਼ੁਰੂਆਤ ਹੋ ਗਈ ਸੀਗੀ ਮਤਲਬ ਛੋਟੇ ਨਸ਼ੇ ਤੋਂ ਮੇਰੀ ਜਦ ਜ਼ਿੰਦਗੀ ਦੇ ਵਿੱਚ ਕਦੋਂ ਚਿੱਟਾ ਆ ਗਿਆ ਮੈਨੂੰ ਪਤਾ ਨਹੀਂ ਲੱਗਿਆ ਹੈਗਾ ਹਾਂ ਜਿਵੇਂ ਛੋਟਾ ਨਸ਼ਾ ਆਪਾਂ ਲਾ ਲਈਏ ਸਿਕਟ ਹੋ ਗਈ ਚੈਨੀ ਖੈਨੀ ਜਰਦਾ ਇਹ ਇਹਦੇ ਤੋਂ ਅੱਗੇ ਕਿਵੇਂ दारू ਬੀਅਰ ਬੀਅਰ ਤਾਂ ਕਦੋਂ ਚਿੱਟਾ ਆ ਗਿਆ ਮੈਨੂੰ ਖੁਦ ਨੂੰ ਨਹੀਂ ਪਤਾ ਲੱਗਿਆ ਹੈਗਾ ਹਾਂਜੀ ਤਮਾ ਲੋ ਜੇ ਮੈਂ ਤੁਸੀਂ ਕਿਹਾ ਵੀ 9ਵੀਂ ਕਲਾਸ ਦੇ ਵਿੱਚ ਸ਼ੁਰੂ ਕਰਤਾ ਸੀ 9ਵੀਂ ਕਲਾਸ ਦੇ ਵਿੱਚ ਸਭ ਤੋਂ ਪਹਿਲਾ ਨਸ਼ਾ ਕਿਹੜਾ ਸੀ ਜਿਹੜਾ ਕੀਤਾ 9ਵੀਂ ਕਲਾਸ ਦੇ ਵਿੱਚ ਛੋਟਾ ਮੋਟਾ ਨਸ਼ਾ ਇਹ ਵੀ ਲਾ ਲਓ ਕੁਲੀਪ ਸੈਟ ਹੋ ਗਈ ਅੱਛਾ ਇਹ ਤੋਂ ਮੈਂ ਸਟਾਰਟ ਹੋ ਗਿਆ ਸੀਗਾ ਹਾਂਜੀ ਹੌਲੀ-ਹੌਲੀ ਦਾਰੂ ਬੀਅਰ ਠੀਕ ਹੈ ਜੀ ਜਾਂ ਲਾ ਲਓ ਉੱਕੀ ਮਾਲ ਹੋ ਗਿਆ ਇਹ ਆਮ ਗੱਲਾਂ ਸੀਗੀਆਂ ਪਤਾ ਹੀ ਨਹੀਂ ਲੱਗਿਆ ਮਤਲਬ ਇੱਕੋ ਦਮ ਕਦੋਂ ਹੌਲੀ-ਹੌਲੀ ਅੱਗੇ ਵਧਾ ਗਿਆ ਮੈਂ ਅਣੀ ਮੈਂ ਤੁਸੀਂ ਕਿਹਾ ਵੀ ਪਤਾ ਹੀ ਨਹੀਂ ਲੱਗਿਆ ਨੌਵੀਂ ਕਲਾਸ ਦੇ ਵਿੱਚ ਸ਼ੁਰੂ ਕੀਤਾ ਇਹ ਪਹਿਲਾਂ ਤੁਸੀਂ ਕਹਿੰਦੇ ਹੋ ਕੂ ਲਿਪ ਹੋਗੀ ਜਾਂ ਸਿਗਰਟ ਹੋਗੀ ਕਲਾਸ ਦੇ ਨੌਜਵਾਨ ਸੀਗੇ ਬੱਚੇ ਸੀਗੇ ਜਿਨ੍ਹਾਂ ਨਾਲ ਤੁਸੀਂ ਕੀਤਾ ਕਿਉਂਕਿ ਬੱਚੇ ਹੀ ਸੀਗੇ ਤੁਸੀਂ ਨੌਵੀਂ ਕਲਾਸ ਦੇ ਵਿੱਚੋਂ ਹਾਂਜੀ ਹੈ ਤਾਂ ਮੈਂ ਬੱਚੇ ਹੀ ਸੀਗਾ ਕਲਾਸ ਦੇ ਵਿੱਚ ਸਾਡੀ ਮਤਲਬ ਮੰਡੀਰ ਹੈ ਜੀ ਸੀਗੀ ਸਾਡਾ 10 ਜਣਾਂ ਦਾ ਗਰੁੱਪ ਹੁੰਦਾ ਸੀਗਾ ਠੀਕ ਹੈ ਜੀ ਤੇ ਪੰਜ ਲਾਲੋ ਵਿੱਚ ਸਾਊ ਸੀਗੇ ਜਿਹੜੇ ਆਪਾਂ ਕਹਿ ਦਿੰਦੇ ਸੀ ਸਾਡਾ ਮਤਲਬ ਇਹ ਸੀਗਾ ਪੰਜ ਜਣਾਂ ਦਾ ਲੱਗ ਹੁੰਦਾ ਸੀ ਗਰੁੱਪ ਪੰਜ ਜਣਾਂ ਦਾ ਲੱਗ ਹੁੰਦਾ ਜਿਹੜੇ ਪੜਾਕੂ ਲੋਕ ਹੁੰਦੇ ਸੀ ਜਿਨ੍ਹਾਂ ਨੂੰ ਆਪਾਂ ਕਹਿੰਦੇ ਹੁੰਦੇ ਸੀਗੇ ਗਾਲਾਂ ਕੱਢਦੇ ਹੁੰਦੇ ਸੀਗੇ ਤੇ ਉਹਨਾਂ ਉਹਨਾਂ ਤੋਂ ਇਲਾਵਾ ਮੇਰੀ ਮਤਲਬ ਜਿਹੜੀ ਯਾਰੀ ਪਈ ਉਹ ਮੇਰੀ ਗਲਤ ਬੰਦਿਆਂ ਨਾਲ ਉੱਥੇ ਪਈ ਜਿਹੜੇ ਕੁਲਪ ਸਿਕਟਾ ਸੂਟਾ ਆਪ ਪੀਣ ਲੈਂਦੇ ਹੁੰਦੇ ਸੀਗੇ ਉੱਥੇ ਹੀ ਮੇਰਾ ਸ਼ੁਰੂਆਤ ਹੋਇਆ ਵੀਰੇ ਅੱਛਾ ਹਾਂਜੀ ਜਿਵੇਂ ਮੈਂ ਪਹਿਲਾਂ 17 ਪੜ੍ਹੀਆਂ ਨੇ ਮੈਂ ਕਿਧਰੇ ਪੰਜਾਬ ਨੂੰ ਇਹਦਾ ਬੋਲਾਪਣ ਮਾਰਨਾ ਦੇਵੇ ਪੋਲੇਪਣ ਦੇ ਵਿੱਚ ਤੁਸੀਂ ਪੋਲਾ ਪਾਣੀ ਸੀਗਾ ਜਦੋਂ ਮੰਨ ਲਓ ਨਿਆਣੀ ਉਮਰ ਦੇ ਵਿੱਚ ਹੁੰਨੇ ਆ ਬੱਚੇ ਦਾ ਪੋਲਾਪਣ ਹੁੰਦਾ ਪੋਲੇਪਣ ਦੇ ਵਿੱਚ ਬੱਚਾ ਜਿੱਦਨੂੰ ਲੱਗ ਜਵੇ ਉਦੋਂ ਨੂੰ ਫਿਰ ਤੁਰੇ ਹੀ ਜਾਂਦਾ ਮੰਨ ਲਓ ਚਿੱਟੇ ਤੱਕ ਦਾ ਸਫ਼ਰ ਤੁਸੀਂ ਕਹਿੰਦਾ ਨੌਵੀਂ ਕਲਾਸ ਤੋਂ ਮੈਂ ਕਰ ਲਿਆ ਸੀ ਚਿੱਟਾ ਗੱਦ ਪੀਣ ਲੱਗੇ ਫਿਰ ਕਿੰਨੇ ਸਮੇਂ ਬਾਅਦ ਚਿੱਟੇ ਦਾ ਦਾ ਵੀਰੇ ਕੋਦਮ ਇਹ ਲਾ ਲੋ ਕਿ ਨਾਮ ਸੁਣਿਆ ਸੀਗਾ ਪਹਿਲਾਂ ਮੈਂ ਕਿ ਚਿੱਟਾ ਚੱਲਦਾ ਬਹੁਤ ਸੀਗਾ ਪੰਜਾਬ ਦੇ ਵਿੱਚ ਹਾਂ ਤੇ ਹੋਲੀ ਜਦੋਂ ਪਤਾ ਲੱਗਿਆ ਜੋ ਸੰਗਤ ਹੈ ਜੀ ਚਿੱਟੇ ਵਾਲੀ ਨਾਲ ਮੇਰੀ ਰਲੀ ਜੋ ਦੇਖਿਆ ਕਿ ਇਹ ਵੀ ਚਿੱਟਾ ਹੁੰਦਾ ਪਹਿਲੀ ਵਾਰ ਉਦੋਂ ਮੈਂ ਦੇਖਿਆ ਸੀਗਾ ਤੇ ਦੇਖਦੇ ਦੇਖਦੇ ਨਾ ਚਲੋ ਮੈ ਵੀ ਕਿ ਸਵਾਦ ਹੁੰਦਾ ਨਾ ਸਵਾਦ ਤਾਂ ਖਾਣ ਪੀਣ ਦਾ ਵੀ ਹੁੰਦਾ ਵਾ ਇਹ ਕਹਣਾ ਇੱਕ ਨਸ਼ੇ ਦਾ ਸਵਾਦ ਹੈ ਚਿੱਟੇ ਦਾ ਪਹਿਲੀ ਲੈਣ ਦਾ ਜਦੋਂ ਮੈਂ ਲਿੱਤਾ ਸੀਗਾ ਉਦੋਂ ਮੈਨੂੰ ਪਤਾ ਲੱਗਿਆ ਸੀ ਇਹ ਚਿੱਟਾ ਹੁੰਦਾ ਸੀ ਉਸ ਤੋਂ ਮੇਰੀ ਅੱਗੇ ਕਦੋਂ ਜ਼ਿੰਦਗੀ ਖਰਾਬ ਹੋਈ ਮੈਨੂੰ ਵੀ ਨਹੀਂ ਪਤਾ ਲੱਗਿਆ ਹਾਂਜੀ ਮਤਲਬ ਸ਼ੌਂਕ ਸ਼ੌਂਕ ਦੇ ਵਿੱਚ ਲਾਇਆ ਸੀ ਹਾਂ ਕਹਿ ਸਕਦੇ ਹਾਂ ਕਿ ਸ਼ੌਂਕ ਦੇ ਵਿੱਚ ਮੈਂ ਲਾ ਲਿਆ ਸੀਗਾ ਹਾਂਜੀ ਕਿਹਨਾਂ ਨੇ ਕਿਹਾ ਕਿ ਕਿਹਨਾਂ ਯਾਰਾਂ ਦੋਸਤਾਂ ਨੇ ਨਾਲ ਦਿਆਂ ਨੇ ਕਿਹਾ ਹੋਣਾ ਕਿਸੇ ਨੇ ਜਾਂ ਲਾਇਆ ਕਿਉਂ ਸੀਗਾ ਸਮੀ ਕਿਦਾਂ ਦਾ ਮਾਹੌਲ ਕਿਦਾਂ ਦਾ ਆਪਣੇ ਪਾਰਟੀ ਕਰ ਰਹੀ ਸੀ ਕਿਤੇ ਜਾਂ ਬੈਠੇ ਸੀ ਕਿਤੇ ਨਹੀਂ ਕਿਹਾ ਕਿਸੇ ਨੇ ਇੱਕ ਬੈਠੇ ਦੇ ਵਿੱਚ ਇਹ ਲਾ ਲਓ 30 ਦੋ ਜਣੇ ਬੈਠੇ ਹਨ ਲਾ ਰਹੇ ਸੀਗੇ ਤੇ ਲਾਂਦੇ ਲਾਂਦੇ ਕਦੋਂ ਉਹਨਾਂ ਨੂੰ ਮੈਂ ਕਿਹਾ ਕਿ ਲਿਆ ਮੈਂ ਵੀ ਲਾ ਕੇ ਦੇਖ ਲੈਣਾ ਉਹ ਪਹਿਲੀ ਲਾਈਨ ਜਦੋਂ ਲਾਈਵ ਮੈਂ ਤੇ ਮੈਨੂੰ ਪਤਾ ਨਹੀਂ ਲੱਗਿਆ ਅੱਗੇ ਜਾ ਕੇ ਕਹਿ ਸਕਦੇ ਹਾਂ ਨਾ ਕਿ ਅੱਗੇ ਤੋਂ ਕਿਵੇਂ ਹੋਰ ਕੰਮ ਵਧ ਗਿਆ ਮੈਨੂੰ ਬਿਲਕੁਲ ਨਹੀਂ ਅੱਗੇ ਜਾ ਕੇ ਪਤਾ ਲੱਗਿਆ ਅੱਛਾ ਮੈਨੂੰ ਪਤਾ ਨਹੀਂ ਲੱਗਿਆ ਕਿ 2 ਮਿੰਟ ਬਾਅਦ ਕੀ ਹੋ ਰਿਹਾ ਮੇਰੇ ਨਾਲ ਅੱਛਾ ਜਦੋਂ ਮੈਂ ਪਹਿਲੀ ਲਾਈਨ ਖਿੱਚੀ ਸੀ ਮੈਨੂੰ ਨਹੀਂ ਪਤਾ ਸੀ ਕਿ ਮੇਰੇ ਨਾਲ ਹੋ ਕੀ ਰਿਹਾ ਹੈ ਅੱਛਾ ਹਾਂਜੀ ਸਾਂ ਤੋਂ ਉਸ ਤੋਂ ਪਹਿਲਾਂ ਫਿਰ ਜਿਵੇਂ ਮੰਨ ਲਓ ਸ਼ਰਾਬ ਹੀ ਪੀਂਦੇ ਸੀਗੇ ਚਿੱਟੇ ਤੋਂ ਪਹਿਲਾਂ ਸ਼ਰਾਬ ਪੀਂਦਾ ਸੀਗਾ ਉਹ ਵੀ ਮੇਰੇ ਘਰੇ ਬਿਲਕੁਲ ਨਹੀਂ ਪਤਾ ਸੀਗਾ ਜਦੋਂ ਮੈਂ दारू ਵੀ ਪੀਣ ਲੱਗ ਗਿਆ ਸੀਗਾ ਮੇਰੇ ਘਰੇ 1% ਨਹੀਂ ਪਤਾ ਸੀਗਾ ਕਿਉਂਕਿ ਮੇਰਾ ਰੂਮ ਲੱਗ ਬਣਿਆ ਹੋਇਆ ਵੀਰੇ ਮੰਮੀ ਡੈਡੀ ਤਾਂ ਮੇਰਾ ਰੂਮ ਲੱਗ ਬਣਿਆ ਹੋਇਆ ਮੈਨੂੰ ਉਹਨਾਂ ਨੂੰ ਤਾਂ 1% ਦਾ ਸ਼ੋਅ ਨਹੀਂ ਹੁੰਦਾ ਸੀਗਾ ਹਾਂਜੀ ਹਲੋ ਤੁਸੀਂ ਘਰੇ ਪਤਾ ਨਹੀਂ ਲੱਗਿਆ ਕਿੰਨਾ ਸਮਾਂ ਕਰਦੇ ਆ ਲੋਕੇ ਕਰਦੇ ਰਹੇ ਨਸ਼ਾ ਮੰਲੋ 9ਵੀਂ ਕਲਾਸ ਤੋਂ ਲੈ ਕੇ ਹਾਂਜੀ ਕਿੰਨਾ ਸਮਾਂ ਮੰਲੋ ਕਰਦਿਆਂ ਨੂੰ ਪਤਾ ਹੀ ਲੱਗਣ ਦਿੱਤਾ ਵੀ ਮਨਸ਼ਾ ਕਰਦਾ ਦੋ 2.5 ਸਾਲ ਤੱਕ ਵੀਰੇ ਮੈਂ ਬਿਲਕੁਲ ਨਹੀਂ ਪਤਾ ਚੱਲਣ ਦਿੱਤਾ ਹੈਗਾ ਹਾਂਜੀ ਜਦੋਂ ਮੈਂ ਚਿੱਟੇ ਵਾਲੀ ਲਾਈਨ ਦੇ ਵਿੱਚ ਬੜਿਆ ਜਦੋਂ ਉਹਨਾਂ ਨੇ ਮੇਰੇ ਹਾਲਾਤ ਦੇਖੇ ਕਿ ਇਹਦੇ ਹਾਲਾਤ ਤਾਂ ਬਹੁਤ ਮਾੜੇ ਹੋਗੇ ਠੀਕ ਹੈ ਕਿ ਉਦੋਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਸਾਡਾ ਮੁੰਡਾ ਵਿਗੜ ਗਿਆ ਹਾਂ ਹਾਂਜੀ ਕਿਉਂਕਿ ਉਦੋਂ ਪਤਾ ਲੱਗਿਆ ਸੀ ਇੱਕ ਵਾਰ ਹੈ ਨਾ ਬੈਠੇ ਇੰਟਰਵਿਊ ਚੱਲਦੀ ਸੀਗੀ ਸਾਡੇ ਘਰ ਦੇ ਬੈਠੇ ਸੀਗੇ ਇੰਟਰਵਿਊ 'ਚ ਦੱਸ ਰਹੇ ਸੀਗੇ ਓਵਰਡੋਜ਼ ਦੇ ਨਾਲ ਇੱਕ ਮੁੰਡਾ ਮਰ ਗਿਆ ਤੇ ਟੀਕਾ ਲਾ ਕੇ ਨਾ ਓਵਰਡੋਜ਼ ਨਾਲ ਇੱਕ ਮੁੰਡਾ ਮਰ ਗਿਆ ਮੈਂ ਕੋਲ ਬੈਠਾ ਸੀਗਾ ਉਹਨਾਂ ਦੇ ਘਰਦਿਆਂ ਦੇ ਕੋਲ ਬੈਠਾ ਨਾ ਤੇ ਘਰਦਿਆਂ ਨੂੰ ਯਾਰ ਜਿਵੇਂ ਹੁੰਦਾ ਨਾ ਵੀਰੇ ਕੀ ਬਹੁਤ ਵਿਸ਼ਵਾਸ ਹੁੰਦਾ ਆਪਣੇ ਬੱਚੇ ਤੇ ਕਿਉਂਕਿ ਮੈਂ ਕੱਲਾ-ਕੱਲਾ ਘਰਦਿਆਂ ਦਾ ਮਾਪਿਓ ਦਾ ਮੈਂ ਕੱਲਾ-ਕੱਲਾ ਬਿਲਕੁਲ ਜਦੋਂ ਘਰਦਿਆਂ ਨੂੰ ਦੇਖਿਆ ਕਿ ਇੰਟਰਵਿਊ ਚੱਲ ਰਹੀ ਆ ਇੰਟਰਵਿਊ ਦੇ ਵਿੱਚ ਦੇਖ ਰਹੇ ਨਹੀਂ ਕਿ ਇੱਕ ਨੌਜਵਾਨ ਓਵਰਡੋਜ਼ ਟੀਕਾ ਲਾ ਕੇ ਓਵਰਡੋਜ਼ ਦੀ ਮੌਤ ਮਰ ਗਿਆ ਠੀਕ ਆ ਤੇ ਉਦੋਂ ਮੇਰੇ ਘਰ ਦੇ ਕਹਿੰਦੇ ਪੁੱਤ ਆਹ ਕੰਮ ਨਾ ਕਰੀਂ ਉਹਤੇ ਮੇਰੇ ਦਿਲ ਦੇ ਵਿੱਚ ਆਇਆ ਮੈਂ ਉਹਨਾਂ ਨੂੰ ਕਿਹਾ ਮੈਂ ਉਹਨਾਂ ਨੂੰ ਹੁਣ ਕੀ ਦੱਸਾਂ ਕਿ ਮੈਂ ਵੀ ਇਹ ਲਾਈਨ ਦੇ ਵਿੱਚ ਵੱਡ ਚੁੱਕਿਆ ਹਾਂ ਜਦ ਹੁੰਦਾ ਹੀ ਆ ਕਿ ਇੰਟਰਵਿਊ ਚੱਲ ਰਹੀ ਆ ਇੰਟਰਵਿਊ 'ਚ ਕਹਿ ਰਹੇ ਨੇ ਠੀਕ ਹੈ ਕਿਉਂਕਿ ਸਭ ਤੋਂ ਵੱਧ ਕਿ ਲਾ ਲਓ ਕਿ ਮਾਪਿਓ ਤੋਂ ਵੱਧ ਕੇ ਲਾ ਲਓ ਕਿ ਚਾਚੇ ਨਾਲ ਮੇਰਾ ਇੱਕ ਬਹੁਤ ਜ਼ਿਆਦਾ ਅਟੈਚਮੈਂਟ ਆ ਕਿਉਂਕਿ ਉਹ ਤਾਂ ਵਾ ਅਟੈਚਮੈਂਟ ਕਿਉਂਕਿ ਮੇਰੇ ਚਾਚੇ ਕੋਲ 12 ਸਾਲ ਬਾਅਦ ਨਾ ਇੱਕ ਮਤਲਬ ਬੇਬੀ ਹੋਈ ਆ 12 ਸਾਲ ਉਰ ਕੋ ਕੋਈ ਮੁੰਡਾ ਨਹੀਂ ਸੀ ਹੋਇਆ ਉਹਨੇ ਮੁੰਡਾ ਕੁੜੀ ਮੈਨੂੰ ਹੀ ਸਮਝ ਰੱਖਿਆ ਸੀਗਾ ਕਿਉਂਕਿ ਮੈਂ ਮਾਪਿਓ ਤੋਂ ਵੱਧ ਕੇ ਮੇਰਾ ਚਾਚਾ ਹੀ ਮੇਰਾ ਕਰਦਾ ਸੀਗਾ ਸ਼ੌਂਕ ਸਭ ਕੁਝ A to Z ਉਹੀ ਪੂਰੇ ਕਰਦਾ ਸੀਗਾ ਜੋ ਚੀਜ਼ ਚਾਹੀਦੀ ਸੀ ਮੈਨੂੰ ਉਹੀ ਲੈ ਕੇ ਦਿੰਦਾ ਹੁੰਦਾ ਸੀਗਾ ਅੱਛਾ ਹਾਂਜੀ 9ਵੀਂ ਤੋਂ ਲੈ ਕੇ 10ਵੀਂ ਤੱਕ ਜਿੰਨੇ 10 ਮਤਲਬ 11 ਤੱਕ ਪੜਿਆ ਵੀਰੇ ਮੈਂ 11 ਤੱਕ ਜਿੰਨਾ ਵੀ ਮਤਲਬ ਸ਼ੌਂਕ ਸੀਗਾ ਮੇਰੇ ਚਾਚੇ ਨੇ ਹੀ ਮੇਰਾ ਪੂਰਾ ਕਰਿਆ ਜੇ ਉਹਨੂੰ ਮੈਂ ਕਹਦਾ ਕਿ ਬੋਲਟ ਚਾਹੀਦਾ ਮੈਨੂੰ ਬੋਲਟ ਲੈ ਕੇ ਦਿੱਤਾ ਫੋਨ ਚਾਹੀਦਾ ਮੈਨੂੰ ਫੋਨ ਲੈ ਕੇ ਦਿੱਤਾ ਹਾਂਜੀ ਕੀ ਹਰੇਕ ਸ਼ੌਂਕ ਮੇਰੇ ਮੇਰੇ ਚਾਚੇ ਨੇ ਪੂਰੇ ਕੀਤੇ ਨੇ ਤਾਂ ਜਿਵੇਂ ਮਨ ਲਓ ਤੁਸੀਂ ਕਿਹਾ ਘਰਦਿਆਂ ਨੇ ਸ਼ੌਂਕ ਪੂਰੇ ਕੀਤੇ ਚਾਚੇ ਨੇ ਸ਼ੌਂਕ ਪੂਰੇ ਕੀਤੇ ਚਾਚੇ ਨੇ ਤੁਹਾਡੇ ਵਿੱਚ ਹੀ ਮਨ ਲਓ ਤੁਹਾਨੂੰ ਇਹ ਮੰਨਿਆ ਆਪਣੇ ਪਰਿਵਾਰਾਂ ਦੇ ਵਿੱਚ ਐਂ ਹੁੰਦਾ ਵੀ ਠੀਕ ਹੈ ਚਾਚੇ ਦਾ ਤਾਏ ਦਾ ਮੁੰਡਾ ਹੋ ਗਿਆ ਆਪਣਾ ਹੀ ਬੱਚਾ ਆਪਣਾ ਹੀ ਸਾਰਾ ਕੁਝ ਹੁੰਦਾ ਜੁਆਇੰਟ ਫੈਮਲੀਆ 'ਚ ਮੰਨ ਲਓ ਜਿਵੇਂ ਕਹੀਏ ਖਰਚਾ ਫਿਰ ਸ਼ੁਰੂ-ਸ਼ੁਰੂ ਦੇ ਵਿੱਚ ਤੁਸੀਂ ਕਿਵੇਂ ਪੂਰਾ ਕਰਨ ਕਰਦੇ ਸੀਗੇ ਖਰਚੇ ਮੈਂ ਤੁਹਾਨੂੰ ਦੱਸਦਾ ਜਦੋਂ ਇਹ ਤੁਹਾਨੂੰ ਦੱਸਿਆ ਸੀ ਚਾਚੇ ਵਾਲੀ ਗੱਲ ਜਦੋਂ ਮੈਂ ਪਹਿਲਾਂ ਦੱਸੀ ਸੀਗੀ ਖਰਚਾ ਮੈਨੂੰ ਖੁੱਲਾ ਮਿਲਦਾ ਸੀਗਾ ਘਰੋਂ ਵੀਰੇ ਹਾਂਜੀ ਖਰਚੇ ਵੱਲੋਂ ਮੈਨੂੰ ਕੋਈ ਦਿੱਕਤ ਨਹੀਂ ਆਉਂਦੀ ਸੀ ਕਿਉਂਕਿ ਮੈਂ ਲਾਡਲਾ ਸੀਗਾ ਸਾਰਿਆਂ ਦੇ ਘਰ ਦਾ ਇੱਕ ਕਹਿ ਦਿੰਦੇ ਹੁੰਦੇ ਨੇ ਕਿ ਚਾਚੇ ਉਹਨਾਂ ਦਾ ਮੈਂ ਲਾਡਲਾ ਸੀਗਾ ਉਹ ਲਾਡਲੇ ਦੇ ਚੱਕਰ ਦੇ ਵਿੱਚ ਮੈਂ ਇੰਨਾ ਕਿ ਬਿਗੜ ਗਿਆ ਸੀਗਾ ਵੀਰੇ ਮੈਨੂੰ ਖੁਦ ਨੂੰ ਨਹੀਂ ਪਤਾ ਲੱਗਿਆ ਸੀਗਾ ਹਾਂਜੀ ਕੀ ਪੈਸਾ ਪੂਸਾ ਸਾਰਾ ਜੇ ਮੈਨੂੰ ਘਰ ਦਿਆਂ ਤੋਂ ਮਾਂ ਪਿਓ ਤੋਂ ਨਹੀਂ ਮਿਲਦਾ ਹੁੰਦਾ ਜਿਵੇਂ ਬੱਚਾ ਕਰਦਾ ਵੀ ਚਾਚੇ ਤੋਂ ਲੈ ਲੈਨੇ ਆ ਓਕਣ ਚੱਲੀ ਜਾਂਦਾ ਸੀ ਸਰਕਲ ਓਕਣ ਮੇਰਾ ਚੱਲਦਾ ਸੀਗਾ ਸਰਕਲ ਪੂਰਾ ਕਿਉਂਕਿ ਇਹ 2 ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ A ਤੋਂ ਲੈ ਕੇ Z ਤੱਕ ਜਿੰਨੇ ਵੀ ਸ਼ੌਂਕ ਪੂਰੇ ਕੀਤੇ ਆ ਉਹ ਮੇਰੇ ਚਾਚੇ ਨੇ ਕਰੇ ਆ ਹਾਂਜੀ ਕਿ ਜੋ ਵੀ ਮੈਨੂੰ ਚੀਜ਼ ਚਾਹੀਦੀ ਸੀ ਮੇਰੇ ਕਹਿਣ ਤੋਂ ਪਹਿਲਾਂ ਮੈਨੂੰ ਲਿਆ ਕੇ ਦੇ ਦਿੰਦਾ ਹੁੰਦਾ ਸੀਗਾ ਤਲਾਕ ਦੇ ਟਾਈਮ ਦੇ ਵਿੱਚ ਇਹ ਤੁਹਾਨੂੰ ਦੱਸਦਾ ਸੀਗਾ 8ਵੀਂ 9ਵੀਂ ਦੀ ਗੱਲ ਦੱਸ ਰਿਹਾ ਸੀਗਾ ਜਦੋਂ ਮੈਂ ਜਦੋਂ ਮੈਂ 9ਵੀਂ ਪਾਸ ਹੋ ਕੇ ਮੈਂ 10ਵੀਂ ਦੇ ਵਿੱਚ ਗਿਆ ਮੈਂ ਚਾਚੇ ਨੂੰ ਕਿਹਾ ਮੈਂ ਕਿਹਾ ਮੈਂ ਬੋਲਟ ਦੇ ਅੱਛਾ ਬੋਲਟ ਲੈ ਕੇ ਦੇ ਮੈਂ ਤਾਂ ਸਕੂਲ ਜਾਣਾ ਲਾੜਲਾ ਸੀਗਾ ਮੈਨੂੰ ਪਤਾ ਸੀਗਾ ਮੇਰੇ ਚਾਚੇ ਨੇ ਮੇਰੀ ਗੱਲ ਮੰਨ ਲੈਣੀ ਆ ਠੀਕ ਆ ਮੈਂ ਫਾਇਦਾ ਚੱਕ ਲਿਆ ਉਹ ਚੀਜ਼ ਦਾ ਲਾੜਲੇ ਪੰਤ ਦੇ ਵਿੱਚ ਇੰਨਾ ਸ਼ੌਂਕ ਪੂਰੇ ਕੀਤੇ ਮੈਂ ਇਹ ਚੀਜ਼ ਨਹੀਂ ਦੇਖੀ ਹੈਗੀ ਚੱਲ ਮੇਰੇ ਇੰਨਾ ਕਰਦੇ ਨੇ ਪਿਆਰ ਆ ਸਾਰਾ ਕੁਝ ਆ ਠੀਕ ਆ ਕਿ ਮੇਰਾ ਇੱਕੋ ਦਮ ਸਰਕਲ ਐ ਤੋਂ ਉੱਥੇ ਪਾਸੇ ਚਲ ਜੂਗਾ ਮੈਨੂੰ ਵੀ ਨਹੀਂ ਪਤਾ ਸੀਗਾ ਵੀਰੇ ਹਾਂ ਮੈਨੂੰ ਵੀ ਨਹੀਂ ਪਤਾ ਸੀਗਾ ਕਿ ਮੈਂ ਇਹ ਪਾਸੇ ਚਲ ਜੂਗਾ ਤਾਂ ਮਤਲਬ ਇਧਰਲੇ ਪਾਸੇ ਨੂੰ ਚਲੇ ਗਏ ਮਤਲਬ ਤੁਸੀਂ ਕਹਿ ਰਹੇ ਸੀਗੇ ਵੀ ਚਾਚਾ ਜੀ ਤੁਹਾਡੇ ਚੰਗਾ ਤੁਹਾਡਾ ਚਾਚਾ ਜੀ ਨਾਲ ਸਾਰਾ ਕੁਝ ਮਤਲਬ ਪਤਾ ਕਿਵੇਂ ਲੱਗਿਆ ਫੇਰ ਘਰਦਿਆਂ ਨੂੰ ਮਤਲਬ ਤੁਸੀਂ ਉਹ ਇੰਟਰਵਿਊ ਦੇਖ ਰਹੇ ਸੀ ਮਤਲਬ ਉਹ ਚੱਲ ਰਹੀ ਸੀ ਖਬਰ ਚੱਲ ਰਹੀ ਸੀ ਵੀ ਨੌਜਵਾਨ ਮੰলো ওভারਡੂਸ ਨਾਲ ਮਰ ਗਿਆ ਹੈ ਨਾ ਮਾਂ ਪਿਓ ਨੂੰ ਵੀ ਤੂੰ ਇਦਾਂ ਨੂੰ ਨਾ ਪਈ ਤੁਸੀਂ ਸੋਚ ਰਹੇ ਸੀ ਮੈਂ ਤਾਂ ਪਿਆ ਹੋਇਆ ਵੀ ਤੁਸੀਂ ਮੈਨੂੰ ਕਹਿ ਰਹੇ ਹੋ ਦਿਮਾਗ 'ਚ ਕੀ ਆਇਆ ਉਸ ਸਮੇਂ ਮੰলো ਜਦੋਂ ਮਾਂ ਪਿਓ ਦੇਖ ਰਹੇ ਸੀ ਉਹ ਸਾਹਮਣੇ ਵਿਜ਼ੂਅਲ ਚੱਲ ਰਹੇ ਹੁਣ ਇਹਨੇ ਤੁਹਾਡੇ ਮੰলো ਮਾਂ ਪਿਓ ਕਹਿੰਦੇ ਸੀ ਤਰਲਾ ਲੈਂਦੇ ਵੀ ਇਹ ਕੰਮ 'ਚ ਨਾ ਪੈ ਜੀ ਪੁੱਤ ਤੁਹਾਡੇ ਦਿਮਾਗ 'ਚ ਕੀ ਸੀ ਉਸ ਵੇਲੇ ਕੀ ਚੱਲ ਰਿਹਾ ਸੀ ਉਸ ਟਾਈਮ ਵੀਰੇ ਇਹੀ ਚੱਲਿਆ ਸੀਗਾ ਜਦੋਂ ਉਹ ਮੈਨੂੰ ਕਹਿ ਰਹੇ ਸੀਗੇ ਕੀ ਉਹਨਾਂ ਨੂੰ ਮੈਂ ਹੁਣ ਕੀ ਦੱਸਦਾ ਕਿ ਇਹ ਲੈਂਡ ਦੇ ਵਿੱਚ ਤਾਂ ਮੈਂ ਵੀ ਵੱਡ ਚੁੱਕਿਆ ਵਾਂ वैसे जिन्ना ने जमया होवे उनां नुं ਛੇਤੀ ਪਤਾ ਚਲ ਜਾਂਦਾ ਜਿਵੇਂ ਮਾਂ ਪਿਓ ਨੂੰ ਤਾਂ ਛੇਤੀ ਪਤਾ ਲੱਗ ਜਾਂਦਾ ਜ਼ਿਆਦਾ ਅਟੈਚਮੈਂਟ ਇਹ ਲਾ ਲੋ ਕਿ ਮੈਂ ਕੁਛਕ ਟਾਈਮ ਜਦੋਂ ਲਾਨ ਲੱਗ ਗਿਆ ਸੀ ਚਿੱਟਾ ਮੈਂ ਘਰਦਿਆਂ ਨੂੰ ਬਿਲਕੁਲ ਨਹੀਂ ਪਤਾ ਲੱਗਣ ਦਿੱਤਾ ਸੀਗਾ ਠੀਕ ਆ ਆਖਰੀ ਵਾਰ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਜਦੋਂ ਮੈਂ ਸਮਾਨ ਲਾਹੇ ਟੀਕਾ ਲਾਇਆ ਸੀਗਾ ਮੈਂ ਓਵਰਡੋਜ਼ ਹੋ ਕੇ ਨਾ ਓਵਰਡੋਜ਼ ਹੋ ਗਿਆ ਸੀਗਾ ਵੀਰੇ ਓਵਰਡੋਜ਼ ਹੋ ਕੇ ਮੈਂ 4 ਘੰਟੇ ਬਾਅਦ ਉੱਠਿਆ ਸੀਗਾ ਅੱਛਾ ਹਾਂਜੀ ਉਦੋਂ ਮੇਰੇ ਘਰ ਦੇ ਨੂੰ ਹਕੀਕਤ ਪਤਾ ਲੱਗਿਆ ਸੀਗਾ ਇਹ ਲਾਉਣ ਲੱਗ ਗਿਆ ਉਦੋਂ ਉਹਨਾਂ ਦੇ ਮੀਤ ਸਾਰਾ ਕੁਝ ਟੁੱਟ ਚੁੱਕਿਆ ਸੀਗਾ ਜਿਹੜਾ ਪਿਆਰ ਸੀਗਾ ਉਹ ਮਿੱਟੀ ਪੈ ਗਿਆ ਸੀਗਾ ਵੀਰੇ ਮਨ ਲਓ ਪਹਿਲੀ ਵਾਰ ਜੇ ਘਰ ਦੇ ਨੂੰ ਪਤਾ ਲੱਗਿਆ ਓਵਰਡੋਸ ਹੋ ਗਏ 4 ਘੰਟੇ ਮੰਨ ਲਓ ਤੁਸੀਂ ਕਹਿੰਦੇ ਹੋ ਮੰਨ ਲਓ 4 ਘੰਟੇ ਦਾ ਓਵਰਡੋਸ ਦੇ ਨਾਲ ਹੀ ਮੰਨ ਲਓ ਮੌਤਾਂ ਹੁੰਦੀਆਂ ਨੇ ਸਾਰਾ ਕੁਝ ਹੁੰਦਾ ਮੰਨ ਲਓ ਉਸ ਸਮੇਂ ਮੰਨ ਲਓ ਇੱਕ ਕਹਿੰਦੇ ਪ੍ਰਮਾਤਮਾ ਮੌਕਾ ਦਿੰਦਾ ਸ਼ਾਇਦ ਤੁਹਾਨੂੰ ਮੌਕਾ ਮਿਲੇ ਹੋ ਹਣਾ ਉਹ ਤੁਹਾਨੂੰ ਮੌਕਾ ਦਿੱਤਾ ਪਰਮਾਤਮਾ ਨੇ ਉਸ ਤੋਂ ਬਾਅਦ ਸੰਭਲਣ ਦੀ ਕੋਸ਼ਿਸ਼ ਕੀਤੀ ਜਾਂ ਜਦੋਂ ਹੋਸ਼ ਆਈ ਮਾਪਿਓ ਕੀ ਕਹਿੰਦੇ ਸੀਗੇ ਮਾਂ ਕਹਿੰਦੀ ਹੋਣੀ ਆ ਪਿਓ ਕਹਿੰਦਾ ਹੋਣਾ ਜਾਂ ਚਾਚਾ ਜਿਹੜਾ ਤੁਸੀਂ ਕਹਿੰਦੇ ਹੋ ਚਾਚੇ ਨਾਲ ਬਹੁਤ ਸੀ ਕੀ-ਕਿਆ ਕਰਦਿਆਂ ਨੇ ਕਰਦਿਆਂ ਦੀ ਤਾਂ ਵੀਰੇ ਜਦੋਂ ਪਤਾ ਲੱਗਿਆ ਉਹਨਾਂ ਦੀ ਉਮੀਦਾਂ ਹੀ ਟੁੱਟ ਗਈਆਂ ਕਿਉਂਕਿ ਮਾਪਿਓ ਤੋਂ ਬਾਅਦ ਹੁੰਦਾ ਜਿਹੜਾ ਪੁੱਤ ਹੁੰਦਾ ਅੱਗੇ ਵਧਾਉਣ ਵਾਲਾ ਮੁੰਡਾ ਹੀ ਹੁੰਦਾ ਵਾਸ਼ ਅੱਗੇ ਹੁੰਦਾ ਉਹਦਾ ਮੁੰਡਾ ਹੀ ਹੁੰਦਾ ਯਾਰ ਵੀਰੇ ਇੰਨਾ ਕ ਨਸ਼ਾ ਮੇਰੇ ਤੇ ਹੈਵੀ ਹੋ ਗਿਆ ਸੀਗਾ ਤੁਹਾਨੂੰ ਮੈਂ ਦੱਸਦਾ ਕਿ ਮੈਨੂੰ ਕੁਝ ਨਹੀਂ ਪਤਾ ਚੱਲਦਾ ਸੀਗਾ ਕਿ ਮੈਂ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਕਿ ਮੇਰੀ ਮਾਂ ਰੋ ਰਹੀ ਐ ਮੇਰੇ ਮੂਰੇ ਠੀਕ ਐ ਮੇਰਾ ਪਿਓ ਚਾਚਾ ਲਾਲੋ ਘਰ ਦੇ ਜਿੰਨੇ ਵੀ ਸੀਗੇ ਮੈਨੂੰ ਨਾ ਉਹਨਾਂ ਦਾ ਇਹ ਹੁੰਦਾ ਸੀਗਾ ਨਾ ਉਹ ਹੱਸਦੇ ਖੇਡਦੇ ਮਤਲਬ ਸਨਾਟਾ ਪੂਰਾ ਜਿਵੇਂ ਸੁੰਨ ਹੋ ਜਾਂਦਾ ਹਾਂ ਸੁੰਨ ਵੀਰੇ ਸੁੰਨ ਹੋ ਚੁੱਕਿਆ ਸੀਗਾ ਪੂਰਾ ਮਾ ਜਦੋਂ ਫਿਰ ਹੋਸ਼ ਆਈ ਫਿੱਕੀ ਕਿਹਾ ਮਾਂ ਨੇ ਕੀ ਕਿਹਾ ਪਿਓ ਨੇ ਕੀ ਕਿਹਾ ਜਾਂ ਚਾਚੇ ਨੇ ਕੀ ਕਿਹਾ ਫਿਰ ਤੁਹਾਨੂੰ ਯਾਰ ਵੀਰੇ ਹਾਲਾਤ ਕੀ ਦੱਸਾਂ ਤੁਹਾਨੂੰ ਮੈਂ ਯਾਰ ਮੇਰੀ ਮਾਂ ਨੇ ਤਾਂ ਇੰਨਾ ਹੀ ਕਹਿ ਚੁੱਕਿਆ ਸੀਗਾ ਤੂੰ ਢਿੱਡ 'ਚ ਹੀ ਮਰ ਜਾਂਦਾ ਮੇਰੇ ਮਾਂ ਨੇ ਇਹ ਨਹੀਂ ਚੀਜ਼ ਵੀ ਮੈਨੂੰ ਕਹੀ ਹੋਈ ਆ ਤੂੰ ਜੰਮਦਾ ਹੀ ਨਾ ਤੂੰ ਮੇਰੇ ਢਿੱਡ 'ਚ ਹੀ ਮਰ ਜਾਂਦਾ ਉਹ ਕਿੰਨਾ ਮੈਂ ਥੱਲੇ ਲਾ ਚੁੱਕਿਆ ਸੀ ਕਰਦਿਆਂ ਨੂੰ ਵੀਰੇ ਤੁਸੀਂ ਕਿਹਾ ਵੀ ਮਾਂ ਵਾਸਤੇ ਬਹੁਤ ਵੱਡੀ ਗੱਲ ਹੁੰਦੀ ਆ ਮੰਨ ਲਓ ਮਾਂ ਜਿਹੜੀ ਮਾਂ 9 ਮਹੀਨੇ ਆਪਣੇ ਪੇਟ ਦੇ ਵਿੱਚ ਰੱਖਦੀ ਆ ਉਸ ਤੋਂ ਬਾਅਦ ਪਾਲਣ ਪੋਸ਼ਣ ਕਰਦੀ ਆ ਮੰਨ ਲਓ ਉਹ ਦਰਦ ਮਹਿਸੂਸ ਕੋਈ ਕੀਤਾ ਤੁਸੀਂ ਨੇ ਜਿਹੜੀ ਮਾਂ ਨੇ ਜਿਹੜੇ ਦਰਦ ਦੇ ਵਿੱਚ ਕਿਹਾ ਹੋਣਾ ਕਿਉਂਕਿ ਮਾਂ ਤਾਂ ਹਮੇਸ਼ਾ ਧੀ ਪੁੱਤ ਦੀ ਸੁੱਖ ਸ਼ਾਂਤ ਮੰਗਦੀ ਆ ਮਾਂ ਮੰਨ ਲਓ ਗਿੱਲੀ ਥਾਂ ਤੇ ਪੈ ਜਾਂਦੀ ਆ ਪੁੱਤ ਨੂੰ ਆਪ ਸੁੱਕੀ ਥਾਂ ਤੇ ਪਾਉਂਦੀ ਆ ਆਪ ਖਾਵੇ ਨਾ ਖਾਵੇ ਪਰ ਪੁੱਤ ਨੂੰ ਜ਼ਰੂਰ ਖਿਲਾਉਂਦੀ ਆ ਮੰਨ ਲਓ ਦਰਦ ਮਹਿਸੂਸ ਕੀਤਾ ਜਦੋਂ ਮਾਂ ਨੇ ਆ ਚੀਜ਼ ਕਹੀ ਨਹੀਂ ਵੀਰੇ ਏ ਚੀਜ਼ ਦਾ ਕਦੇ ਨਹੀਂ ਮੈਂ ਮਹਿਸੂਸ ਕੀਤਾ ਹੈਗਾ ਕਿਉਂਕਿ ਨਸ਼ਾ ਹੀ ਇੰਨਾ ਗੰਦਾ ਮੇਰੇ ਤੇ ਹੈਵੀ ਹੋ ਗਿਆ ਸੀਗਾ ਨਾ ਮੈਨੂੰ ਉਹ ਚੀਜ਼ ਦਾ ਤਾਂ ਜਮਾ ਹੀ ਨਹੀਂ ਪਤਾ ਲੱਗਦਾ ਸੀ ਕਿਉਂਕਿ ਅਮਲੀ ਬੰਦੇ ਨੂੰ ਵੀਰੇ ਆਪਣਾ ਹੀ ਹੁੰਦਾ ਵਾ ਠੀਕ ਆ ਮੈਂ ਆਪਦਾ ਨਸ਼ਾ ਕਰ ਲਵਾਂ ਮੇਰੇ ਵੱਲੋਂ ਕੋਈ ਮਰਦਾ ਮੇਰੀ ਮਾਂ ਮਰਦੀ ਆ ਮੇਰਾ ਪਿਓ ਮਰਦਾ ਮੇਰੇ ਘਰ ਦਾ ਕੋਈ ਮਰਦਾ ਉਹਨੂੰ ਕੋਈ ਨਹੀਂ ਹੁੰਦਾ ਅਮਲੀ ਬੰਦੇ ਨੂੰ ਸਿਰਫ ਇਹ ਹੁੰਦਾ ਵਾ ਮੈਂ ਆਪਦੀ ਗੱਲ ਦੱਸ ਰਿਹਾ ਕਿ ਮੈਨੂੰ ਇਹ ਸੀਗਾ ਕਿ ਮੈਂ ਆਪਦਾ ਨਸ਼ਾ ਕਰਾਂ ਬਾਕੀ ਜੋ ਮਰਜੀ ਹੋਵੇ ਮੈਂ ਕਿਸੇ ਤੋਂ ਕੋਈ ਲੈਣਾ ਦੇਣਾ ਨਹੀਂਗਾ ਕਿਉਂਕਿ ਮੈਂ ਆਪਦੀ ਮਾਂ ਨੂੰ ਇੰਨਾ ਦੁਖੀ ਕੀਤਾ ਆਪਦੀ ਮੇਰੀ ਮਾਂ ਨੇ ਕਈ ਇੰਨਾ ਇੰਨੇ ਕਿ ਹਾਲਾਤ ਵੀ ਮਾੜੇ ਆ ਗਏ ਸੀਗੇ ਵੀਰੇ ਕਿ ਇਹ ਲਾ ਲਓ ਗਵਾਂਡੀਆਂ ਕਰੋ ਵੀ ਰੋਟੀ ਹੁੰਦੀ ਰਹੀ ਹੈ ਵੀਰੇ ਸਾਡੀ ਹਾਂ ਮੇਰਾ ਬਾਪੂ ਵੀ ਬੇਜ਼ਗਾਰ ਹੋ ਗਿਆ ਸੀਗਾ ਕੰਮ ਤੋਂ ਵੀ ਮਾਂ ਨੇ ਇਹ ਖੂਨ ਦੇ ਹੰਝੂ ਹੁੰਦੇ ਨੇ ਜਿਵੇਂ ਖੂਨ ਦੇ ਹੰਝੂ ਤੱਕ ਰਵਾਏ ਨੇ ਮੈਂ ਆਪਦੀ ਮਾਂ ਨੂੰ ਵੀਰੇ ਜੀ ਕਿਉਂਕਿ ਉਹ ਚੀਜ਼ਾਂ ਦਾ ਮੈਨੂੰ ਅੱਜ ਪਤਾ ਚੱਲਦਾ ਕਿਉਂਕਿ ਆਧੇ ਟਾਈਮ ਮੈਂ ਨਸ਼ਾ ਨਹੀਂ ਕਰ ਰਿਹਾ ਨਾ ਕੋਈ ਅੱਜ ਉਹ ਚੀਜ਼ਾਂ ਦਾ ਮੈਨੂੰ ਪਤਾ ਚੱਲ ਰਿਹਾ ਵਾ ਉਸ ਵੇਲੇ ਜਾਨੀ ਕਿ ਮਹਿਸੂਸ ਨਹੀਂ ਹੋਇਆ ਵੀ ਮੰਨ ਲਓ ਜਿਵੇਂ ਮਾਂ ਨੂੰ ਤੰਗ ਕੀਤਾ ਜਾਂ ਅੱਜ ਮੰਨ ਲਓ ਉਹ ਉਸ ਚੀਜ਼ ਨੂੰ ਚੇਤੇ ਕਰਕੇ ਦਿਮਾਗ ਦੇ ਵਿੱਚ ਕੀ ਆਉਂਦਾ ਵੀ ਮੈਂ ਆਪਣੀ ਮਾਂ ਨਾਲ ਕੀ ਕੀ ਕਰਦਾ ਰਿਹਾ ਜਾਂ ਆਪਣੇ ਪਿਓ ਨਾਲ ਕਿੰਨਾ ਝੂਠ ਬੋਲਦਾ ਰਿਹਾ ਉਹਨਾਂ ਨੂੰ ਉਹਨਾਂ ਦਾ ਮੰਨ ਲਓ ਨਜਾਇਜ਼ ਫਾਇਦਾ ਜਿਹੜਾ ਚੱਕਿਆ ਤੁਸੀਂ ਕਿਹਾ ਚਾਚਾ ਜੀ ਤੁਹਾਡੇ ਹਰੇਕ ਸ਼ੌਂਕ ਪੂਰਾ ਕਰਦੇ ਸੀ ਅੱਜ ਦਿਮਾਗ ਦੇ ਵਿੱਚ ਕੀ ਆਉਂਦਾ ਉਹ ਚੀਜ਼ਾਂ ਨੂੰ ਸੋਚ ਕੇ ਵੀ ਯਾਰ ਕੀ ਮੈਂ ਤੰਗ ਕਿੰਨਾ ਕੀਤਾ ਉਹਨਾਂ ਨੂੰ ਅੱਜ ਦੇ ਟਾਈਮ ਤਾਂ ਵੀਰੇ ਦਿਮਾਗ ਦੇ ਵਿੱਚ ਬਹੁਤ ਚੀਜ਼ਾਂ ਆਉਂਦੀਆਂ ਨੇ ਕਾਸ਼ ਇਹ ਨਸ਼ਾ ਜ਼ਿੰਦਗੀ ਦੇ ਵਿੱਚ ਆਂਦਾ ਹੀ ਨਾ ਠੀਕ ਹੈ ਕੀ ਮੈਂ ਹਜੇ ਕੰਮ ਹੀ ਨਾ ਕਰਦਾ ਨਾ ਮੇਰੇ ਘਰ ਦੇ ਦੁਖੀ ਹੁੰਦੇ ਨਾ ਮੈਂ ਦੁਖੀ ਹੁੰਦਾ ਇਹ ਚੀਜ਼ਾਂ ਵੀਰੇ ਅੱਜ ਤਾਂ ਦਿਮਾਗ ਦੇ ਵਿੱਚ ਆਉਂਦੀਆਂ ਨੇ ਸਾਰੇ ਵੀਰੇ ਰਿਸ਼ਤੇ ਨਾਤੇ ਸਭ ਕੁਝ ਟੁੱਟ ਚੁੱਕੇ ਸੀਗੇ ਮੇਰੇ ਪਾਸੇ ਏ ਤੋਂ ਲੈ ਕੇ ਜੜ ਤੱਕ ਜਿੰਨੇ ਰਿਸ਼ਤੇਦਾਰੇ ਸੀਗੇ ਸਾਰ ਉਹ ਸਾਰੇ ਮਤਲਬ ਮੂੰਹੋਂ ਕਹਿੰਦੇ ਨਾ ਬੁਲਾਉਣਾ ਹਟ ਗਏ ਸੀਗੇ ਖੁੱਦ ਦੇ ਯਾਰ ਮਾਮੇ ਹੁਣੇ ਲਾਲਾ ਵੀਰੇ ਸਕੇ ਰਿਸ਼ਤੇਦਾਰ ਆਪਦੇ ਮੁੰਡੇ ਨੂੰ ਜਾਂ ਆਪਦੇ ਬੱਚਿਆਂ ਨੂੰ ਕਹਿੰਦੇ ਸੀ ਨਾ ਇਹਦੇ ਕੋਲ ਨਾ ਜਾ ਵਿਗਾੜ ਦੂਗਾ ਹਾਂ ਇਹਦੇ ਕੋਲ ਨਾ ਜਾ ਉਹ ਆ ਦਾ ਮੁੰਡੇ ਨੂੰ ਉਹਨੂੰ ਕਹਿਣ ਲੱਗ ਜਾਂਗੇ ਨਾ ਇਹਦੇ ਕੋਲ ਨਾ ਜਾ ਇੰਨੇ ਹਾਲਾਤ ਮਾੜੇ ਹੋ ਗਏ ਸੀਗੇ ਮਹਿਸੂਸ ਨਹੀਂ ਹੋਇਆ ਕਦੇ ਵੀ ਯਾਰ ਸਾਰੇ ਰਿਸ਼ਤੇਦਾਰ ਜਿਹੜੇ ਹੁੰਦੇ ਨੇ ਮੰਨ ਲਓ ਮਾਮੇ ਹੋਗੇ ਇਹ ਤਾਂ ਬਹੁਤ ਨਜ਼ਦੀਕ ਦੀਆਂ ਰਿਸ਼ਤੇਦਾਰੀਆਂ ਹੁੰਦੀਆਂ ਨੇ ਭੂਆ ਹੋਗੇ ਮਤਲਬ ਉਹਨਾਂ ਨੂੰ ਚਾਹ ਹੁੰਦਾ ਵੀ ਸਾਡਾ ਯਾਰ ਭਾਣ ਜਾਂ ਮੇਰਾ ਇਕਣ ਕਰੂਗਾ ਜਾਂ ਭਤੀਜਾ ਮੇਰਾ ਇਸ ਤਰੀਕੇ ਦੇ ਨਾਲ ਉਹ ਚੌਧੇ ਤੇ ਜਾਵੇ ਜਾਂ ਕਿਤੇ ਵੈਸੇ ਹੀ ਪੜ ਕੇ ਜਾਂ ਵੈਸੇ ਹੀ ਪਿਓ ਦਾ ਕੰਮ ਸੰਭੇ ਕਦੇ ਹੋ ਜਾਂਦੀ ਦਿਮਾਗ ਦੇ ਵਿੱਚ ਕਦੇ ਘਰੇਣਾ ਨਹੀਂ ਆਈ ਆਪਣੇ ਨਾਲ ਵੀ ਯਾਰ ਤੂੰ ਕੀ ਕਰ ਰਿਹਾ ਮਤਲਬ ਰਿਸ਼ਤੇਦਾਰ ਵੀ ਇੱਧਰ ਨੂੰ ਕਦੇ ਵੀ ਨਹੀਂ ਵੀਰੇ ਹਾਂ ਕਦੇ ਕਦੇ ਵੀ ਨਹੀਂ ਇਹ ਗੱਲਾਂ ਆਈਆਂ ਕਿਉਂਕਿ ਇਹ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਗਿਆ ਜਿਹੜਾ ਸਭ ਤੋਂ ਗੰਦਾ ਨਸ਼ਾ ਹੈਵੀ ਹੋ ਗਿਆ ਸੀਗਾ ਕਹਿੰਦੇ ਨਾ ਨ ਨੱਚਣ ਲੱਗਾ ਸੀ ਕਹਿੰਨੇ ਆਪਣੇ ਇਸ਼ਾਰਿਆਂ ਤੇ ਨੱਚਣ ਲੱਗ ਗਿਆ ਸੀਗਾ ਕੁਛ ਨਹੀਂ ਮੈਨੂੰ ਇਹ ਸਮਝ ਲੱਗਦਾ ਸੀਗਾ ਵੀਰੇ ਮਤਲਬ ਇੱਕ ਇੱਕ ਹੁੰਦਾ ਜਿਵੇਂ ਮਤਲਬ ਨਸ਼ੇੜੀ ਬੰਦਾ ਲੁਕੋਂਦਾ ਹੁੰਦਾ ਵੀ ਯਾਰ ਪਤਾ ਨਾ ਲੱਗੇ ਮੇਰੇ ਘਰਦਿਆਂ ਨੂੰ ਵੀ ਜਾਂ ਪਾਰੋਂ ਵੀ ਕੋਈ ਕਹਿੰਦਾ ਵੀ ਤੁਹਾਡਾ ਪੁੱਤ ਐ ਕਰਨ ਲੱਗ ਗਿਆ ਬੰਦਾ ਕਹਿੰਦਾ ਯਾਰ ਨਹੀਂ ਐਵੇਂ ਤੁਸੀਂ ਬੇਵਕੂ ਬਣਾਈ ਜਾਂਦਾ ਤੁਹਾਨੂੰ ਜਾਂ ਮੇਰੇ ਆਂਟੀ ਬੋਲਦਾ ਇਹ ਜ ਐਂ ਬੋਲਦਾ ਇਦਾਂ ਦੇ ਬਹਾਨੇ ਲੱਭੇ ਕਦੇ ਮਤਲਬ ਘਰਦਿਆਂ ਨੂੰ ਕਿੰਨੇ ਕਿੰਨਾ ਕ ਸਮਾਂ ਬਹਾਨਿਆਂ ਚ ਰੱਖਿਆ ਇਹਨਾਂ ਚ ਇਹ ਟਾਈਮ ਇਹੀ ਗੱਲ ਤੁਸੀਂ ਕਹਤੇ ਚਲੋ ਯਾਦ ਆ ਗਈ ਮੇਰੇ ਇਹ ਨਾ ਕੁਝ ਲੋਕਾਂ ਨੇ ਨਾ ਪਿੰਡ ਦੇ ਲੋਕਾਂ ਨੇ ਦੱਸਿਆ ਵੀ ਸੀ ਮੇਰੇ ਘਰੇ ਕਿ ਤੇਰਾ ਮੁੰਡਾ ਜਾਂ ਤੇਰਾ ਭਤੀਜਾ ਚਾਚੇ ਨੇ ਮੇਰੇ ਨੂੰ ਕਿ ਇਹ ਐ ਕਰਨ ਲੱਗ ਗਿਆ ਇਹ ਟੀਕੇ ਲਾਉਣ ਲੱਗ ਗਿਆ ਮੇਰੇ ਚਾਚੇ ਨੇ ਮੇਰੇ ਪਿੱਛੇ ਲੜਿਆ ਸੋ ਉਹ ਅੱਛਾ ਹਾਂ ਮੇਰਾ ਚਾਚਾ ਮੇਰੇ ਪਿੱਛੇ ਲੜਿਆ ਕਿ ਨਹੀਂ ਤੂੰ ਸਾਡਾ ਰਿਸ਼ਤਾ ਤੋੜਨਾ ਚਾਹਨਾ ਚਾਚੇ ਭਤੀਜੇ ਦਾ ਜਿਹੜਾ ਇੰਨਾ ਪਿਆਰ ਹੈ ਨਾ ਉਹ ਤੋੜਨਾ ਚਾਹੁੰਦੇ ਹੋ ਮੇਰਾ ਭਤੀਜਾ ਨਹੀਂ ਇਹ ਕੰਮ ਕਰ ਸਕਦਾ ਹੈਗਾ ਉਹ ਇਹ ਕੰਮ ਨਹੀਂ ਕਰ ਸਕਦਾ ਕਿ ਮੈਨੂੰ ਕਿਸੇ ਦੇ ਮੂਰੇ ਚੋਕਣਾ ਪਵੇ ਕਿ ਤੇਰਾ ਭਤੀਜਾ ਨਾ ਨਸ਼ਾ ਕਰਨ ਲੱਗ ਗਿਆ ਟੀਕੇ ਲਾਉਣ ਲੱਗ ਗਿਆ ਨਾ ਜਦ ਉਹਨੇ ਹਕੀਕਤ ਦੇ ਵਿੱਚ ਦੇਖਿਆ ਵੀਰੇ ਇੱਕ ਕਹਿਣਾ ਨਾ ਇੱਕ ਕਹਿਣ ਤੇ ਉਹ ਯਕੀਨ ਨਹੀਂ ਕਰਿਆ ਉਹਨੇ ਉਹਨੇ ਜਦ ਦੇਖਿਆ ਬਸ ਉਸ ਤੋਂ ਬਾਅਦ ਵੀਰੇ ਕੀ ਵਿੱਚ ਚਾਚੇ ਨੂੰ ਜਦੋਂ ਪਤਾ ਲੱਗਿਆ ਮੰਨ ਲਓ ਇੱਕ ਤਾਂ ਹੁੰਦਾ ਆਪਣੇ ਧੀ ਪੁੱਤ ਤੇ ਮਾਣ ਕਰਕੇ ਉਹ ਲੜੇ ਵੀ ਨਹੀਂ ਯਾਰ ਮੇਰਾ ਭਤੀਜਾ ਨਹੀਂ ਤੁਸੀਂ ਤੋੜਨਾ ਚਾਹੁੰਦੇ ਹੋ ਰਿਸ਼ਤਾ ਜਦੋਂ ਉਹਨਾਂ ਨੂੰ ਪਤਾ ਲੱਗਿਆ ਫਿਰ ਕੀ ਕਿਹਾ ਉਹਨਾਂ ਨੇ ਤੁਹਾਨੂੰ ਕੋਈ ਗੱਲ ਕਹੀ ਉਹਨਾਂ ਨੇ ਉਹ ਯਾਰ ਵੀਰੇ ਜਦੋਂ ਉਹਨੇ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀਗਾ ਜਿਹੜੇ ਜਦ ਤੱਕ ਜਿੰਨੇ ਵੀ ਹੋਂ ਤੱਕ ਵੀ ਸ਼ੌਂਕ ਉਹਨੇ ਸੀਗੇ ਜਿਹੜੇ ਉਹ ਉਹਨੇ ਹੀ ਪੂਰੇ ਕੀਤੇ ਆ ਮੇਰੇ ਠੀਕ ਆ ਜਦੋਂ ਉਹਨੂੰ ਪਤਾ ਲੱਗਿਆ ਉਹਨੇ ਵੀ ਆਪਦੇ ਮੂੰਹੋਂ ਯਾਰ ਇੰਨੀ ਗੱਲ ਕਹ ਦਿੱਤੀ ਸੀ ਕਿ ਤੂੰ ਆਤੋ-ਬਾਤ ਮਿਲ ਚੁੱਕੇ ਮਰ ਚੁੱਕੇ ਆ ਯਾਰ ਮੈਂ ਇਹੀ ਸੋਚ ਲੂੰਗਾ ਕਿ ਬਾਰਾ ਸਭ ਜਿੰਨਾ ਤੈਨੂੰ ਪਿਆਰ ਕਰਿਆ ਵਾ ਠੀਕ ਆ ਮਿੱਟੀ ਪੈ ਗਿਆ ਯਾਰ ਉਹ ਸਾਰਾ ਦਿਲ ਦੇ ਵਿੱਚ ਆਇਆ ਨਹੀਂ ਫਿਰ ਵੀ ਮੰਨ ਲਓ ਉਹ ਬੰਦਾ ਯਾਰ ਜਿਹੜਾ ਮੰਨ ਲਓ ਬੋਲ ਜਵਾਨੋਂ ਨਿਕਲ ਨਹੀਂ ਦਿੰਦਾ ਪਹਿਲਾਂ ਮੰਨ ਲਓ ਚੀਜ਼ਾਂ ਮੈਨੂੰ ਲੈਤੀਆਂ ਯਾਰ ਕਿੱਡਾ ਬੜਾ ਧਰੋਕ ਮਾ ਲਿਆ ਮੈਂ ਆਪਣੇ ਘਰਦਿਆਂ ਨਾਲ ਇਹ ਚੀਜ਼ ਯਾਰ ਬਿਰੀ ਉਦੋਂ ਕਦੇ ਵੀ ਨਹੀਂ ਦਿਮਾਗ ਦੇ ਵਿੱਚ ਆਈ ਮੈਨੂੰ ਮੈਂ ਤੁਹਾਨੂੰ ਪਹਿਲਾਂ ਵੀ ਦੱਸੇ ਸੀਗਾ ਕਿ ਇਹ ਚੀਜ਼ ਬਸ ਮੈਨੂੰ ਇੰਨਾ ਸੀਗਾ ਕਿ ਮੈਂ ਆਪਦਾ ਪਿਆਰ ਦੇ ਨਾਂ ਲਾ ਲੋਣਾ ਬਤਾ ਕੇ ਪੈਸੇ ਲੈ ਕੇ ਨਸ਼ਾ ਕਰ ਲਵਾਂ ਬਸ ਮੈਨੂੰ ਉਸ ਦਿਨ ਤੱਕ ਮਤਲਬ ਸੀਗਾ ਉਹ ਚੀਜ਼ਾਂ ਦਾ ਵੀਰੇ ਮੈਨੂੰ ਅੱਜ ਪਤਾ ਚੱਲਦਾ ਕਾਸ਼ ਉਹ ਟਾਈਮ ਨਾ ਮੈਂ ਨਸ਼ਾ ਕਰਦਾ ਮੈਂ ਐਸਾ ਨਸ਼ਾ ਮੂੰਹ 'ਚ ਆਉਂਦਾ ਨਾ ਲਾਉਂਦਾ ਮੈਂ ਨੌਬਤ ਨਹੀਂ ਆਣੀ ਸੀ ਪਿਆਰ ਦਾ ਜਿਹੜਾ ਮੰਨ ਲਓ ਰਿਸ਼ਤਿਆਂ ਦਾ ਅਹਿਸਾਸ ਸੀਗਾ ਪਹਿਲਾਂ ਉਸ ਸਮੇਂ ਅਹਿਸਾਸ ਨਹੀਂ ਸੀਗਾ ਸਿਰਫ ਆਪਣੇ ਨਸ਼ੇ ਤੱਕ ਸੀਮਤ ਸੀ ਵੀ ਕਿਸ ਤਰ੍ਹਾਂ ਪਿਛਕਾਰ ਕੇ ਇਹਨਾਂ ਨੂੰ ਮੈਂ ਪੈਸੇ ਲੈ ਲਵਾਂ ਨਸ਼ਾ ਕਰ ਲਵਾਂ ਮੈਂ ਨਸ਼ਾ ਕਰ ਲਵਾਂ ਕਿਉਂਕਿ ਇੰਨਾ ਗੰਦਾ ਹੈਵੀ ਨਸ਼ਾ ਹੋ ਗਿਆ ਸੀਗਾ ਵੀਰੇ ਪਿਆਰ ਦੇ ਨਾਲ ਕਹਿ ਦੇਣਾ ਕੁੰਡੀ ਲਾ ਕੇ ਜਾਂ ਕੁਛ ਵੀ ਲਾ ਲੋ ਜਿਤਾ ਕੇ ਕਿ ਕੁਛ ਕਰਦਾ ਨਹੀਂਗਾ ਉਸ ਹਿਸਾਬ ਦੇ ਨਾਲ ਵੀਰੇ ਹਾਂ ਮਤਲਬ ਪੰਨੀ ਤੋਂ ਸ਼ੁਰੂ ਕੀਤਾ ਤੁਸੀਂ ਨੇ ਫਿਰ ਪੰਨੀ ਤੋਂ ਮਤਲਬ ਇੰਜੈਕਸ਼ਨ ਤੱਕ ਆਏ ਕਿੰਨਾ ਸਮਾਂ ਪੰਨੀ ਤੇ ਕਿੰਨਾ ਸਮਾਂ ਲਾਉਂਦੇ ਰਹੇ ਪੰਨੀ ਤੇ ਵੀਰੇ ਜ਼ਿਆਦਾ ਟਾਈਮ ਨਹੀਂ ਮੈਂ 6 ਜਾਂ 7 ਕੁ ਮਹੀਨੇ ਮੈਂ ਪੰਨੀ ਤੇ ਲਾਇਆ ਹੋਊਗਾ ਉਸ ਤੋਂ ਬਾਅਦ ਮੈਂ ਟੀਕੇ ਤੇ ਆ ਗਿਆ ਸੀਗਾ ਰਿਐਕਸ਼ਨ ਤੇ ਕਾਹਤੇ ਆਉਂਦਾ ਬੰਦਾ ਪੰਨੀ ਤੋਂ ਇੰਜੈਕਸ਼ਨ ਤੇ ਵੀਰੇ ਇਹ ਹੁੰਦਾ ਵਾ ਜਿਵੇਂ ਕਿ ਆਪਾਂ 500 ਦਾ ਸਮਾਨ ਲੈ ਲਿਆ ਠੀਕ ਆ ਜਾਂ ਕਿਸੇ ਨਾਲ ਹਿੱਸਾ ਪਾ ਕੇ ਸਮਾਨ ਲੈ ਲਿਆ ਤੇ ਘਾਟੇ ਦੇ ਵਿੱਚ ਇਹ ਹੁੰਦਾ ਕਿ ਟੀਕੇ ਲਾਏ ਤੇ ਛੇਤੀ ਅਸਰ ਕਰ ਜਾਂਦਾ ਵੀਰੇ ਤਾਂ ਉਹ ਮੈਂ ਟੀਕਾ ਲਾਉਣ ਲੱਗ ਗਿਆ ਸੀਗਾ ਹਾਂਜੀ ਅੱਛਾ ਪੰਨੀ ਵਾਲਾ ਮੰਨ ਲਓ ਜਿਆਦਾ ਯੂਜ਼ ਹੁੰਦਾ ਉਹਨਾਂ ਨਾਲੇ ਪੈਸੇ ਵੀ ਉਹਦੇ ਕਰਕੇ ਥੋੜੇ ਜਿਆਦਾ ਪੈਸੇ ਲੱਗਦੇ ਸੀਗੇ ਵੀਰੇ ਇਹ ਲਾ ਲਓ ਕਿ 2000 1500 2500 3000 ਦੇ ਵਿੱਚ ਲੱਗ ਜਾਂਦਾ ਸੀਗੇ ਟੀਕੇ ਦੇ ਵਿੱਚ ਇਹ ਹੁੰਦਾ ਸੀਗਾ ਕਿ 500 ਦੇ ਨਾਲ ਸਾਰ ਜਾਂਦਾ ਹੁੰਦਾ ਸੀਗਾ ਅਰੇ اچھا ਪੰਨੀ ਤੇ ਦਿੱਲੀ ਦਾ 2500 3000 ਦਾ ਲੱਗਦਾ ਸੀ ਟੀਕੇ ਨਾਲ 500 ਦਾ ਲੱਗਦਾ ਸੀ ਦਿੱਲੀ ਦਾ ਟੀ ਕਿੰਨਾ ਪੈਸੇ ਫਿਰ ਕਿੱਥੇ ਜਿਨ੍ਹਾਂ ਨੂੰ ਪੰਨੀ ਤੇ ਲਾਉਂਦੇ ਰਹੇ ਹਾਂ ਮਤਲਬ 2 3000 ਰੁਪਇਆ ਫਿਰ ਪੂਰਾ ਕਿਵੇਂ ਕਰਦੇ ਸੀ ਦਿੱਲੀ ਦਾ ਉਹ ਵੀਰੇ ਪਿਆਰ ਦੇ ਨਾਲ ਜਿਵੇਂ ਘਰਦਿਆਂ ਨੂੰ ਕਹਿੰਦਾ ਸੀ ਨਾ ਪਿਆਰ ਦੇ ਨਾਲ ਕਹਿ ਕੇ ਬਹਾਨੇ ਮਾਰ ਕੇ ਪੈਸੇ ਲੈਨੇ ਉਹ ਕੰਮ ਕਰਨ ਲੱਗ ਗਿਆ ਸੀ ਕਿ ਕਿਹੜੇ ਲਾਉਂਦੇ ਹੁੰਦੇ ਸੀ ਮਨ ਲੋ ਜਾਂ ਤਾਂ ਕੋਈ ਬਹਾਨਾ ਲਾਉਂਦੇ ਹੋਂ ਮੋ ਵੀਰ ਮੈਂ ਆ ਚੀਜ਼ ਕਰਨੀ ਆ ਬਸ ਕਿਤੇ ਯਾਰਾ ਦੋਸਤਾਂ ਨਾਲ ਘੁੰਮਣ ਚਲ ਗਏ ਜਾਂ ਅੱਜ ਕਿਤੇ ਬਾਹਰ ਜਾਣਾ ਵਾ ਜਾਂ ਘੁੰਮਣਾ ਜਾਂ ਖਾਣਾ ਪੀਣਾ ਜਾਂ ਕੱਪੜੇ ਲੈਣੇ ਠੀਕ ਆ ਜਾਂ ਜਾਂ ਕੋਈ ਵੀ ਕੰਮ ਕਹਿ ਦਿੰਦਾ ਹੁੰਦਾ ਹਾਂ ਜੀ ਉਹ ਕੰਮ ਕਰਕੇ ਪੈਸੇ ਲੈ ਲੈਂਦਾ ਹੁੰਦਾ ਸੀ ਕਰਦਾ ਤੂੰ ਉਦਾਂ ਮਨ ਲੋ ਨੇਚਰਲ ਜਿਹੇ ਬਹਾਨੇ ਜਿਹੜੇ ਹੁੰਦੇ ਨੇ ਉਹ ਲਾ ਕੇ ਪੈਸੇ ਲੈਂਦੇ ਕਿੱਥੋਂ ਹੁੰਦੇ ਸੀਗੇ ਫਿਰ ਇਹ ਮੈਂ ਜਾਂ ਚਾਚੀ ਤੋਂ ਜਾਂਦੀ ਮੰਮੀ ਤੋਂ ਲੈਂਦਾ ਹੁੰਦਾ ਸੀਗੇ ਜਦੋਂ ਉਹਨਾਂ ਨੂੰ ਵੀਰੇ ਪਤਾ ਲੱਗਿਆ ਸੀਗਾ ਹਾਲਾਤ ਮੇਰੇ ਖਰਚਾ ਪਾਣੀ ਸਭ ਕੁਝ ਬੰਦ ਹੋ ਗਿਆ ਸੀਗਾ ਮੇਰੀ ਮਾਤਾ ਨੇ ਹੈ ਨਾ ਤੇ ਭੈਣ ਲਈ ਨਾ ਸੋਨਾ ਰੱਖਿਆ ਹੋਇਆ ਸੀਗਾ ਕਿ ਜਦੋਂ ਮੇਰੀ ਭੈਣ ਵਿਆਹ ਕੇ ਜਾਊਗੀ ਉਹਨੂੰ ਮੈਂ ਪਾਊਂਗਾ ਪਾਊਂਗੀ ਜਾਂ ਕੁਝ ਕਰੂੰਗਾ ਜਦੋਂ ਉਹਨਾਂ ਨੂੰ ਪਤਾ ਲੱਗਿਆ ਮੇਰਾ ਖਰਚਾ ਪਾਣੀ ਜਦੋਂ ਕੰਮ ਮੇਰਾ ਜ਼ਿਆਦਾ ਵੱਧ ਗਿਆ ਸੀਗਾ ਰੋਟੀ ਪਾਣੀ ਨਹੀਂ ਖਾਣੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਭੁੱਖੇ ਹੀ ਰਹਿਣਾ ਲਿਕਵਰਡ ਤੇ ਰਹਿਣਾ ਜੂਸ ਜਾਸ ਪੀਲਾ ਜਾਂ ਕੁਝ ਵੀ ਕਰ ਲਿਆ ਮੈਂ ਹੌਲੀ ਹੌਲੀ ਵੀਰੇ ਉਹ ਜਿੰਨਾ ਵੀ ਸੋਨਾ ਸੀਗਾ ਕੀ 3 4 ਲੱਖ ਦਾ ਸੋਨਾ ਸੀਗਾ ਮੇਰੀ ਮਾਤਾ ਦਾ ਉਹ ਮੈਂ 1.5 ਲੱਖ ਦਾ ਵੇਚਿਆ ਵੀਰੇ ਅੱਛਾ ਜਦੋਂ ਪੈਸੇ ਨਾ ਮਿਲੇ ਫਿਰ ਸੋਨਾ ਸੋਨਾ ਚੱਕ ਕੇ ਲੈ ਗਏ ਵੇਚਿਆ ਇੱਕ ਦਿਨ ਚ ਵੇਚਤਾ ਸਾਰਾ ਇੱਕ ਦਿਨ ਚ ਨਹੀਂ ਮੈਂ ਹੌਲੀ ਹੌਲੀ ਕਰਦਾ ਵੀਰੇ ਸੋਨਾ ਵੇਚੀ ਗਿਆ ਸੁਨਿਆਰੇ ਕੋਲ ਜਾਂਦੇ ਹੋਮੋਂਗੇ ਉਹ ਪੁੱਛਦਾ ਹੋਊਗਾ ਤੁਹਾਨੂੰ ਕੀ ਕਿਵੇਂ ਲੈ ਕੇ ਆਏ ਜਾਂ ਜਾਂ ਹਾਂ ਵੀਰੇ ਸੁਨਿਆਰੇ ਦੇ ਤਾਂ ਕਹਿੰਦਾ ਸੈਟਿੰਗ ਹੁੰਦੀ ਆ ਹਾਂਜੀ ਸੁਨਿਆਰੇ ਨਾਲ ਕਾਦੀ ਵੀਰੇ ਅੱਛਾ ਮਾਲੋ ਜਿੱਥੋਂ ਸਮਾਨ ਲੈ ਕੇ ਆਉਂਦੇ ਸੀ ਉਹਨਾਂ ਨੂੰ ਹੀ ਦੇਈ ਜਾਂਦੇ ਸੀ ਸੋਨਾ ਜਾਂ ਸੁਨਿਆਰੇ ਨੂੰ ਵੇਚ। ਸੁਨਿਆਰੇ ਨੂੰ ਮੈਂ ਵੇਚਦਾ ਹੁੰਦਾ। ਸੁਨਿਆਰੇ ਨੂੰ ਵੇਚਿਆ ਸੀਗਾ ਮੈਂ ਸੋਨਾ। 4 1/2 ਲੱਖ ਦਾ ਸੋਨਾ 1.5 ਲੱਖ ਦੇ ਵਿੱਚ ਦੇ ਆਏ। ਹੂੰ ਘਰਦਿਆਂ ਨੂੰ ਫਿਰ ਘਰਦਿਆਂ ਨੂੰ ਪਤਾ ਹੀ ਨਹੀਂ ਲੱਗਿਆ ਵੀ ਸੋਨਾ ਲੈ ਕੇ ਜਾਂਦੇ। ਕੁਸ਼ਕ ਟਾਈਮ ਮੇਰੇ ਘਰਦਿਆਂ ਨੂੰ ਨਹੀਂ ਪਤਾ ਲੱਗਿਆ ਸੀਗਾ। ਕੁਸ਼ਕ ਟਾਈਮ ਮੇਰੇ ਘਰਦਿਆਂ ਨੂੰ ਵੀ ਲਾ ਲੋਗੀ 1.5 ਜਾਂ 2 ਕੁ ਮਹੀਨੇ ਪਤਾ ਨਹੀਂ ਲੱਗਿਆ ਸੀਗਾ ਜਦੋਂ ਪਤਾ ਲੱਗਿਆ ਸੀਗਾ ਬਹੁਤ ਕੋਤ ਕਲੇਸ਼। ਲਾ ਲੋਗੀ ਇੰਨਾ ਕ ਉਹਨਾਂ ਨੂੰ ਹੋ ਗਿਆ ਸੀਗਾ ਕਿ ਜਾਂ ਤਾਂ ਉਹ ਕਹਿੰਦੇ ਸੀ ਜਾਂ ਤੂੰ ਘਰੋਂ ਭੱਜ ਜਾ। ਜਾਂ ਕਿਸੇ ਸੈਂਟਰ ਚੱਲ ਜਾ। ਕਿ ਬੇਦਖਲ ਮਤਲਬ ਲਾਲੂ ਵਣਾ ਆਦੇ ਬੋਤਲ ਨੂੰ ਹੁਣ ਇਹ ਹੈ ਕਿ ਮਾਪਿਓ ਦਾ ਦੇਖ ਲਓ ਇੰਨਾ ਵੱਡਾ ਨੁਕਸਾਨ ਕਰਿਆ ਨੇ ਜਿਵੇਂ ਤੁਸੀਂ ਕਿਹਾ ਵੀ ਭੈਣ ਦੇ ਵਿਆਹ ਵਾਸਤੇ ਰੱਖਿਆ ਸੀ ਸੋਨਾ ਮੇਰੇ ਇੱਕ ਭਰਾ ਹੁੰਦਾ ਜਿਹੜਾ ਮਨ ਲਓ ਆਪਣੀ ਭੈਣ ਵਾਸਤੇ ਤਾਂ ਜਾਨ ਵੀ ਹਾਜ਼ਰ ਕਰ ਦਿੰਦਾ ਮਤਲਬ ਕੀ ਸਾਈ ਕੀ ਕੀ ਸੀਗੀ ਫਿਰ ਵੀ ਯਾਰ ਭੈਣ ਦੇ ਵਿਆਹ ਨੂੰ ਮਨ ਲਓ ਪਿਓ ਨੇ ਸੰਭ ਕੇ ਰੱਖਿਆ ਹੋਇਆ ਜਾਂ ਮਾਂ ਨੇ ਰੱਖਿਆ ਹੋਇਆ ਉਹ ਵੇਚਿਆਏ ਬਸ ਵੀਰੇ ਪਤਾ ਹੀ ਨਹੀਂ ਲੱਗਿਆ ਤੂੰ ਦੱਸਿਆ ਸੀਗਾ ਸੋਚਿਆ ਨਹੀਂ ਕਦੇ ਮੈਂ ਯਾਰ ਭੈਣ ਖਾਤਰ ਰੱਖਿਆ ਭੈਣ ਦਾ ਵਿਆਹ ਕਰਨਾ ਜਾਂ ਉਹਦੇ ਖਾਤਰ ਕਰਦਿਆਂ ਨੇ ਜੋੜ ਕੇ ਰੱਖਿਆ ਵੀ ਮੈਂ ਕਿੱਧਰਲੇ ਪਾਸੇ ਉੜ ਜਾੜੀ ਜਾਣਾ ਇਹ ਨਹੀਂ ਵੀਰੇ ਕਦੇ ਵੀ ਨਹੀਂ ਸੋਚਿਆ ਮੈਂ ਆਹ ਚੀਜ਼ ਮੇਰੇ ਕਦੇ ਵੀ 1% ਵੀ ਮੇਰੇ ਦਿਮਾਗ ਦੇ ਵਿੱਚ ਇਹ ਚੀਜ਼ ਨਹੀਂ ਆਈ ਹੈਗੀ ਮੈਂ ਤੁਹਾਨੂੰ ਉਹੀ ਦੱਸਿਆ ਸੀਗਾ ਮੈਨੂੰ ਬਸ ਇੰਨਾ ਕੀ ਹੁੰਦਾ ਸੀਗਾ ਕਿ ਮੈਂ ਸਿਰਫ ਆਪਦਾ ਨਸ਼ਾ ਕਰ ਲਵਾਂ ਮੇਰੇ ਵੱਲੋਂ ਕੋਈ ਮੇਰੀ ਮਾਂ ਮਰਦੀ ਹੈ ਮਾਂ ਮਰ ਜੇ ਮੇਰਾ ਪਿਓ ਮਰਦਾ ਘਰ ਚੋਂ ਕੋਈ ਵੀ ਮਰ ਜੇ ਮੈਨੂੰ ਕੁਝ ਨਹੀਂ ਕੋਈ ਕਿਸੇ ਦਾ ਕੋਈ ਮਤਲਬ ਨਹੀਂ ਸੀਗਾ ਬੱਸ ਭੈਣ ਨੇ ਨਹੀਂ ਕੁਝ ਕੀਤਾ ਭੈਣ ਨੇ ਕੁਝ ਕੀਤਾ ਹੋਵੇ ਨਹੀਂ ਵੀਰੇ ਕਹਿੰਦੇ ਤਾਂ ਸਾਰੀ ਸੀਗੇ ਚਲੋ ਮਤਲਬ ਕਿਸੇ ਦੇ ਕਿਸੇ ਦਾ ਤਾਂ ਬੰਦੇ ਨੂੰ ਅਸਰ ਹੋ ਜਾਂਦਾ ਕਿਸੇ ਦਾ ਵੀ ਅਸਰ ਨਹੀਂ ਹੋਇਆ ਨਾ ਵੀਰੇ ਕਿਸੇ ਦਾ ਅਸਰ ਨਹੀਂ ਹੋਇਆ ਹੈਗਾ ਮੈਨੂੰ ਮੈਨੂੰ ਕਿਸੇ ਦਾ ਹੁੰਦਾ ਹੀ ਨਹੀਂ ਸੀਗਾ ਵੀਰੇ ਮੈਨੂੰ ਕੋਈ ਗਾਲ ਕੱਢ ਰਿਹਾ ਕੋਈ ਮੈਨੂੰ ਮਾੜਾ ਕਹਿ ਰਿਹਾ ਮੈਨੂੰ ਨਹੀਂ ਹੁੰਦਾ ਸੀਗਾ ਕਿਉਂਕਿ ਨਸ਼ੇ ਤੱਕ ਮਤਲਬ ਸੀਗਾ ਸਰ ਜਦੋਂ ਮੈਂ ਪੁੱਛਾਂ ਫੇ ਛੱਡਣ ਦਾ ਕਿਵੇਂ ਮਨ ਦੇ ਵਿੱਚ ਕਿਵੇਂ ਆਇਆ ਵੀ ਯਾਰ ਛੱਡ ਦिए ਬਹੁਤ ਹੋ ਗਿਆ ਇਧਰ ਨੂੰ ਕੀਨੇ ਕਈਆਂ ਕੋਈ ਗੱਲਾਂ ਕਈਆਂ ਕਿਸੇ ਨੇ ਉਹ ਦਿਮਾਗ ਦੇ ਵਿੱਚ ਆਈਆਂ ਜਾਂ ਕਿਸੇ ਨੇ ਮੋਟੀਵੇਟ ਕੀਤਾ ਨਹੀਂ ਵੀਰੇ ਛੱਡਣ ਨੂੰ ਇਹ ਹੋ ਗਿਆ ਸੀ ਕਿ ਮੈਂ ਬਹੁਤ ਜ਼ਿਆਦਾ ਤੰਗ ਹੋ ਗਿਆ ਸੀਗਾ ਚੀਜ਼ ਤੋਂ ਕਿ ਇੰਨਾ ਕ ਤੰਗ ਹੋ ਗਿਆ ਸੀਗਾ ਕਿ ਮੈਨੂੰ ਦਿਖਣ ਦਾ ਦਿਖਣ ਲੱਗ ਗਿਆ ਹੀ ਗਿਆ ਇਹ ਵੀ ਘਰ ਦੇ ਬਸ ਜੇ ਕੰਮ ਹੋਰ ਚੱਲੇਗਾ ਗਾਹਾਂ ਦੀ ਗਾਹ ਇਹ ਹਾਲਾਤ ਦੇ ਨਾਲ ਤਾਂ ਸੜਕ ਤੇ ਆ ਜਾਾਂਗੇ ਅੱਛਾ ਹਾਂਜੀ ਤੇ ਉੱਥੇ ਦਾ ਇੱਕ ਆਪਣਾ ਪਿੰਡ ਦੇ ਵਿੱਚ ਹੀ ਹੈ ਨਾ ਯਾਰ ਦੋਸਤ ਹੈਗਾ ਉੱਥੋਂ ਮੈਨੂੰ ਪਤਾ ਲੱਗਿਆ ਸੀਗਾ ਉਹਨੂੰ ਮੈਂ ਕਿਹਾ ਸੀਗਾ ਨੌਂ ਡਿਕਟ ਬੰਦਾ ਵਾ ਤੇ ਉਹਦੇ ਨਾਲ ਮੈਂ ਗੱਲ ਕਰੀ ਸੀ ਉਹਨਾਂ ਗੱਲ ਕਰਕੇ ਫਿਰ ਮੈਨੂੰ ਬਿਕਰਮ ਵੀਰੇ ਦਾ ਪਤਾ ਲੱਗਿਆ ਸੀਗਾ ਸੈਂਟਰ ਤਾਂ ਉਹ ਬਥੇਰੇ ਸਾਡੇ ਉੱਧਰ ਸ਼ਹਿਰ ਕੰਨੀ ਵੀ ਬਹੁਤ ਨੇ ਲੁਦਾਇਨ ਵਾਲੀ ਸਾਈਡ ਕੰਨੀ ਵੀ ਬਹੁਤ ਨੇ ਕਿਉਂਕਿ ਇਹ ਹੈ ਵੀਰੇ ਕੁਝ ਸੈਂਟਰਾਂ ਦਾ ਹਰੇਕ ਸੈਂਟਰ ਨੂੰ ਆਪਾਂ ਚੰਗਾ ਨਹੀਂ ਕਹਿੰਦੇ ਹੈਗੇ ਠੀਕ ਹੈ ਕੁਝ ਸੈਂਟਰ ਮਾੜੇ ਵੀ ਨੇ ਹਾਂ ਬਿਜ਼ਨਸ ਵਾਲੇ ਵੀ ਨੇ ਕਈਆਂ ਨੇ ਬਿਜ਼ਨਸ ਬਣਾਇਆ ਆਇਆ ਵਾ ਉਰੇ ਆ ਕੇ ਜਦੋਂ ਪਤਾ ਲੱਗਿਆ ਜਦੋਂ ਉਥੋਂ ਤਰਿਆ ਕਿ ਬਿਕਰਮ ਬਾਈ ਦਾ ਪਤਾ ਲੱਗਿਆ ਤੇ ਬਿਕਰਮ ਬਾਈ ਨਾਲ ਕਨੈਕਟ ਕਰਕੇ ਫਿਰ ਅਸੀਂ ਬਿਕਰਮ ਬਾਈ ਨਾਲ ਗੱਲ ਕਰਕੇ ਫਿਰ ਮੈਂ ਬਿਕਰਮ ਵੀਰੇ ਕੋਲ ਆਇਆ ਸੀਗਾ ਇੱਥੇ ਕੋਈ ਚੀਜ਼ਾਂ ਸਿੱਖਣ ਨੂੰ ਮਿਲੀਆਂ ਕਿਉਂਕਿ ਪਹਿਲੇ ਦਿਨ ਇਹ ਲਾਲੋ ਪਹਿਲੇ ਮਹੀਨੇ ਨਹੀਂ ਵੀਰੇ ਬੰਦੇ ਨੂੰ ਕੁਝ ਵੀ ਪਤਾ ਲੱਗਦਾ ਹੈਗਾ ਹੌਲੀ ਹੌਲੀ ਮਨ ਆਪੇ ਬਣਾਇਆ ਸੀਗਾ ਛੱਡਣ ਦਾ ਆਪਣੇ ਦਿਮਾਗ ਦੇ ਵਿੱਚ ਆ ਗਿਆ ਸੀ ਵੀ ਛੱਡਦੀ ਆ ਯਾਰ ਬੜਾ ਹੁਣ ਕਰਦਿਆਂ ਨੂੰ ਤੰਗ ਕਰ ਲਿਆ ਹਾਂਜੀ ਵੀਰੇ ਆਪਣੇ ਆਪ ਆ ਗਿਆ ਸੀ ਦਿਮਾਗ ਦੇ ਵਿੱਚ ਕਿਉਂਕਿ ਵੀਰੇ ਹਾਲਾਤ ਇੰਨੇ ਮਾੜੇ ਹੋ ਗਏ ਸੀਗੇ ਕੋਈ ਮਤਲਬ ਇਹ ਲਾ ਲੋ ਕੋਈ ਜਗਾ ਨਹੀਂ ਛੱਡਦਾ ਸੀਗੇ ਛੱਡੀ ਸੀ ਕਿ ਜਿੱਥੇ ਮੈਂ ਟੀਕਾ ਨਾ ਲਾਇਆ ਹੋਵੇ ਵੀਰੇ ਹਾਂ ਇਲਾਕੇ ਦੇ ਵਿੱਚ ਜਾਨੀ ਕਿ ਬਦਨਾਮੀ ਪੂਰੀ ਵੀਰੇ ਪੂਰੀ ਬਦਨਾਮੀ ਹੋ ਚੁੱਕੀ ਸੀਗੀ ਜਾਂ ਤਾਂ ਇਹ ਮਰੂਗਾ ਜਾਂ ਕਿਸੇ ਨੂੰ ਇਹ ਮਾਰੂਗਾ ਘਰ ਦੇ ਵਿੱਚੋਂ ਨਾਲ ਦੇ ਜਿਨ੍ਹਾਂ ਦੇ ਲਾਉਣੇ ਹੁੰਨੇ ਆ ਕਈ ਬੰਦੇ ਓਵਰਡੋਜ਼ ਨਾਲ ਬਹੁਤ ਬੰਦੇ ਮਰਦੇ ਨੇ ਵੀ ਨਾਲ ਦਾ ਤੁਹਾਡੇ ਕਿਸੇ ਦੀ ਡੈਥ ਹੋਈ ਹੋਣੀ ਆ ਫੇਰ ਵੀ ਦਿਮਾਗ ਚ ਨਹੀਂ ਆਇਆ ਯਾਰ ਮੈਂ ਵੀ ਉਹ ਨਾ ਹੀ ਰਾਹਾਂ ਤੇ ਚੱਲ ਰਿਹਾ ਮੈਂ ਪਿੱਛੇ ਮੁੜ ਕੇ ਨਹੀਂ ਨਾਲ ਦਾ ਇੱਕ ਫਰੈਂਡ ਹੈਗਾ ਸੀ ਸਾਡੇ ਉੱਤੇ ਉਹ ਵੀ ਓਵਰਡੋਜ਼ ਦੇ ਨਾਲ ਡੈਥ ਹੋਈ ਹੈ ਵੀਰੇ ਉਹਦੀ ਵੀ ਬਿਲਕੁਲ ਉਹਦੇ ਨਾਲ ਮੈਂ ਨਸ਼ਾ ਵੀ ਕਰਦਾ ਰਿਹਾ ਮੈਂ ਮੇਰੇ ਦਿਮਾਗ ਚ ਕਦੇ ਨਹੀਂ ਆਇਆ ਜੇ ਸਾਡਾ ਮੇਰੇ ਨਾਲ ਵੀ ਐਵੇਂ ਹੋ ਜਾਊਗਾ ਕਦੀ ਦਿਮਾਗ ਚ ਨਹੀਂ ਆਇਆ ਵੀ ਯਾਰ ਮੈਂ ਇਹੀ ਰਾਹਾਂ ਤੇ ਚੱਲ ਰਿਹਾ ਵੀ ਇਹਦੀ ਹੋ ਗਈ ਕੱਲ ਨੂੰ ਮੇਰੀ ਹੋ ਸਕਦੀ ਹੈ ਵੀਰੇ ਕਦੇ ਵੀ ਐਹ ਜੀ ਚੀਜ਼ ਦਿਮਾਗ ਚ ਨਹੀਂ ਆਈ ਵੀਰੇ ਅੱਛਾ 1% ਵੀ ਮੇਰੇ ਦਿਮਾਗ ਦੇ ਵਿੱਚ ਨਹੀਂ ਆਈ ਜੇ ਇਹਦੇ ਨਾਲ ਹੋ ਸਕਦਾ ਕਿ ਮੇਰੇ ਨਾਲ ਵੀ ਹੋਊਗਾ ਜਿਵੇਂ ਨਸ਼ੇੜੀ ਬੰਦਾ ਹੁਣ ਤੁਸੀਂ ਹੁਣ ਮੰਨ ਲਓ ਨਾਰਮਲ ਹੋ ਤੁਸੀਂ ਉਸ ਤੋਂ ਪਹਿਲਾਂ ਨਾਰਮਲ ਹੋ ਜਦੋਂ ਨਸ਼ੇੜੀ ਸੀ ਸਾਈਕੀ ਕੀ ਸੀਗੀ ਫਿਰ ਤੁਸੀਂ ਮੰਨ ਲਓ ਅੱਜ ਸਾਈਕੀ ਕੀ ਆ ਉਸ ਸਮੇਂ ਅਮਲੀ ਬੰਦਾ ਸੋਚਦਾ ਕੀ ਹੁੰਦਾ ਅਮਲੀ ਬੰਦਾ ਦਾ ਵੀਰੇ ਬਸ ਇਹੀ ਸੋਚਦਾ ਨਸ਼ੇ ਤੱਕ ਹੀ ਸੋਚਦਾ ਉਸ ਤੋਂ ਜ਼ਿਆਦਾ ਹੋਰ ਕੁਝ ਕੋਈ ਸੋਚ ਨਹੀਂ ਹੁੰਦੀ ਹੈਗੀ ਅਮਲੀ ਬੰਦੇ ਦੀ ਵੀਰੇ ਅਮਲੀ ਬੰਦੇ ਦੀ ਸੋਚ ਉਦੋਂ ਬਣਦੀ ਹੈ ਜਦੋਂ ਉਹ ਨਸ਼ਾ ਛੱਡ ਕੇ ਰਿਕਵਰੀ ਦੇ ਵਿੱਚ ਚੱਲ ਦੇਣਾ ਉਦੋਂ ਉਹਦੀ ਸੋਚ ਬਣਦੀ ਹੈ ਅਮ ਜਦੋਂ ਬੰਦਾ ਨਸ਼ਾ ਕਰੂਗਾ ਨਾ ਉਦੋਂ ਉਹਦੀ ਕੋਈ ਸੋਚ ਨਹੀਂ ਬਣੂਗੀ ਵੀਰੇ ਇੱਕ ਉਸ ਤੋਂ ਉਹਦੀ ਅੱਗੇ ਵਧਣ ਦੀ 1% ਦੀ ਸੋਚ ਨਹੀਂ ਬਣੂਗੀ ਵੀਰੇ ਜਦੋਂ ਬੰਦਾ ਨਸ਼ਾ ਛੱਡ ਕੇ ਅੱਜ ਦੇ ਦਿਨ ਮੈਂ ਬੈਠਾ ਵਾਂ ਮੇਰੇ ਪਿੰਡ ਦੇ ਵਿੱਚ ਮੈਨੂੰ ਮੇਰੇ ਪਤਾ ਮੇਰੇ ਸਾਰਾ ਠੀਕ ਆ ਇਹ ਕਿਵੇਂ ਦਾ ਸੀਗਾ ਕਿਵੇਂ ਦਾ ਨਹੀਂ ਲੋਕ ਕਹਿੰਦੇ ਹੁੰਦੇ ਸੀਗੇ ਇਹ ਨਹੀਂ ਕਿੱਥੇ ਸੁਧਰਨਾ ਅੱਜ ਵੀ ਕਈ ਪਿੰਡਾਂ ਵਾਲੇ ਕਹਿ ਦਿੰਦੇ ਨੇ ਤੂੰ ਸੁਧਰਿਆ ਸਾਨੂੰ ਨਹੀਂ ਲੱਗਦਾ ਪਿੰਡ ਵਾਲੇ ਨੂੰ ਇਹੀ ਜਵਾਬ ਹੁੰਦਾ ਵੀਰੇ ਮੈਨੂੰ ਪਤਾ ਮੈਂ ਤੇਰੇ ਕਰਕੇ ਨਹੀਂ ਸੁਧਰਿਆ ਮੈਂ ਆਪਣੇ ਕਰਕੇ ਸੁਧਰਿਆ ਮੈਂ ਆਪਣੇ ਘਰ ਦੇ ਆ ਕਰਕੇ ਸੁਧਰਿਆ ਮੈਨੂੰ ਅਗਲੀ ਜ਼ਿੰਦਗੀ ਦਿਖ ਰਹੀ ਆ ਅਗਲੇ ਅਗਲੇ ਘਰ ਦੇ ਦੀ ਜ਼ਿੰਦਗੀ ਦਿਖ ਰਹੀ ਆ ਕਿਉਂਕਿ ਵੀਰੇ ਅੱਗੇ ਕਮਾਨ ਵਾਲਾ ਮਾਪਿਓ ਤੋਂ ਬਾਅਦ ਮੈਂ ਹੀ ਆ ਮੇਰਾ ਕੋਈ ਭਰਾ ਵੀ ਹੈ ਨਹੀਂ ਭੈਣ ਵਿਆਹਣ ਵਾਲੀ ਆ ਵੀਰੇ ਉਹ ਚੀਜ਼ਾਂ ਮੈਨੂੰ ਹੁਣ ਦੇਖਣ ਲੱਗੀਆਂ ਨੇ ਹੁਣ ਪਤਾ ਲੱਗਦੀਆਂ ਨੇ ਪਹਿਲਾਂ ਨਹੀਂ ਸੀਗਾ ਕੁਝ ਵੀ ਪਹਿਲਾਂ ਮੈਨੂੰ ਇਹ ਚੀਜ਼ ਨਹੀਂ ਦਿਖਦੀ ਸੀ ਹੁਣ ਮੈਨੂੰ ਉਹ ਚੀਜ਼ ਦਿਖਦੀ ਆ ਠੀਕ ਹੈ ਅੱਜ ਉੱਠਣ ਦਾ ਸੌਣ ਦਾ ਨਹਾਣ ਦਾ ਗੱਲ ਕਰਨ ਦਾ ਤਰੀਕਾ ਸਭ ਕੁਝ ਵੀਰੇ ਕੀ ਦੁੱਖ ਦਾ ਵੀ ਪਤਾ ਚੱਲਦਾ ਕੀ ਆ ਯਾਰ ਆ ਬੰਦੇ ਨੂੰ ਦੁੱਖ ਆ ਕੀ ਉਹ ਟਾਈਮ ਸੀਗਾ ਉਹ ਜ਼ਿੰਦਗੀ ਸੀਗੀ ਕਿਸੇ ਦਾ ਦੁੱਖ ਨਹੀਂ ਪਤਾ ਚੱਲਦਾ ਸੀਗਾ ਕਿਸੇ ਦੀ ਖੁਸ਼ੀ ਨਹੀਂ ਪਤਾ ਚੱਲਦੀ ਸੀਗੀ ਆਪਣੇ ਤੱਕ ਸੀਮ ਸੀ ਵੀ ਮੈਨੂੰ ਨਸ਼ਾ ਮਿਲ ਜਵੇ ਦੁਨੀਆ ਮਰਦੀ ਆ ਮਰੇ ਜਿਉਂਦੀ ਆ ਜਿਉਂ ਹਾਂ ਵੀਰੇ ਅਮਲੀ ਬੰਦੇ ਨੂੰ ਸਿਰਫ ਇਹੀ ਹੁੰਦਾ ਕਿ ਆਪਣੇ ਤੱਕ ਹੋਵੇ ਕੋਈ ਬੰਦਾ ਮਾਰਦਾ ਕੋਈ ਬੰਦਾ ਕੀ ਕਰਦਾ ਕਰੀ ਜਾਣ ਲੋ ਮਤਲਬ ਜਿਹੜੇ ਬੰਦੇ ਜਿਨ੍ਹਾਂ ਨਾਲ ਤੁਸੀਂ ਲਾਇਆ ਜਾਂ ਲਵਾਉਣੇ ਵਾਲੇ ਵੀ ਯਾਰ ਦੋਸਤੇ ਹੁੰਦੇ ਨੇ ਵੀ ਲਾ ਕੇ ਦੇਖ ਯਾਰ ਮਾੜਾ ਮੋਟਾ ਕੋਈ ਨਸ਼ਾ ਵੀਰੇ ਕੋਈ ਵੀ ਹੋਵੇ ਯਾਰ ਦੋਸਤ ਉਹ ਮੂੰਹ 'ਚ ਨਹੀਂ ਪਾਊਗਾ ਜੇ ਮੇਰਾ ਦਿਲ ਕੀਤਾ ਮੈਂ ਲਾਇਆ ਮੇਰਾ ਦਿਲ ਕਰਿਆ ਮੈਂ ਲਾਇਆ ਰੋਕਿਆ ਵੀ ਮੇਰੇ ਯਾਰਾਂ ਨੇ ਅੱਛਾ ਹਾਂ ਇਹ ਨਹੀਂ ਕਹਿੰਦੇ ਕਿ ਨਾ ਲਾਏ ਗਲਤ ਗੱਲ ਆ ਜਾਂ ਕੁਝ ਵੀ ਰੋਕਿਆ ਵੀ ਹਾਂ ਮੰਨੀ ਨਹੀਂ ਮੈਂ ਕਿਹਾ ਮੈਂ ਵੀ ਸਵਾਦ ਲੈ ਕੇ ਦੇਖਣਾ ਹੈ ਕੀ ਹੈ ਇਹ ਫਿਰ ਮੈਂ ਸੁਣਿਆ ਹੈ ਨਾ ਕਿ ਸਵਰਗਾਂ ਦਾ ਝੂਟਾ ਮਿਲ ਜਾਂਦਾ ਕਹਿੰਦੇ ਲੈ ਇੱਕ ਲੈਣ ਖਿੱਚ ਕੇ ਉਹ ਇੱਕ ਲੈਣ ਨੇ ਕਿੱਥੋਂ ਕੀ ਮੇਰਾ ਤਬਾਹ ਕੀਤਾ ਅੱਜ ਆਹ ਉਦੋਂ ਤੋਂ ਲੈ ਕੇ ਵੀਰੇ ਇੱਕ ਲੈਣ ਨੇ ਮੇਰਾ ਕੀ ਕੁਛ ਤਬਾਹ ਕੀਤਾ ਉਹ ਮੈਨੂੰ ਅੱਜ ਪਤਾ ਆਣਾ ਵੀਰੇ ਜਿਹੜਾ ਤੁਸੀਂ ਕਹਿੰਦੇ ਸਵਰਗਾਂ ਦਾ ਝੂਟਾ ਕਿਸੇ ਨੇ ਕਿਹਾ ਆ ਜਾ ਮਾਲੋ ਸਵਰਗਾਂ ਦਾ ਝੂਠਾ ਸੀ ਜਾਂ ਤਬਾਹੀ ਦਾ ਝੂਠਾ ਸੀ ਉਹ ਉਹ ਵੀਰੇ ਤਬਾਹੀ ਦਾ ਝੂਠਾ ਸੀਗਾ ਸਵਰਗਾਂ ਦਾ ਤਾਂ ਕਹਿਣਾ ਸੀਗਾ ਉਹ ਤਬਾਹੀ ਬਣ ਗਈ ਉਹ ਮੈਨੂੰ ਪਤਾ ਵੀਰੇ ਕਿੰਨੇ ਸਾਲ ਇਸ ਦਦਲ ਦੇ ਵਿੱਚ ਰਹੇ ਹਾਂ ਫਿਰ ਜਿਵੇਂ ਮੰਨ ਲਓ ਇਹ ਮੈਂ ਵੀਰੇ 4 ਜਾਂ 5 ਸਾਲ ਵੀਰੇ 4-5 ਸਾਲ ਦੇ ਵਿੱਚ ਤਬਾਹੀ ਲਿਆਤੀ ਸੀਗੀ ਮੈਂ ਕਰਤੀ ਡੇਮੇਜ ਕਰਤਾ ਸੀ ਸਭ ਕੁਝ ਡੇਮੇਜ ਕਰਤਾ ਸੀਗਾ ਵੀਰੇ ਮੈਂ ਮੰਨ ਲਓ 4-5 ਸਾਲ ਦੇ ਵਿੱਚ ਜਿਵੇਂ ਕਹਾ ਸਿੱਖਿਆ ਕੀ ਆ ਇਹਦੇ ਵਿੱਚੋਂ ਕੀ ਕੱਢਿਆ ਕੀ ਤੱਤ ਕੀ ਕੱਢਿਆ ਵੀ ਕੀ ਹੁੰਦਾ ਨਸ਼ਾ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ ਮਤਲਬ ਇਸ ਚੀਜ਼ ਨੂੰ ਲੈ ਕੇ ਇਹ ਚੀਜ਼ ਨੂੰ ਲੈ ਕੇ ਤਾਂ ਵੀਰੇ ਮੈਂ ਇਹੀ ਕਹਿਣਾ ਚਾਹੁੰਦਾ ਜ਼ਿੰਦਗੀ ਬਰਬਾਦ ਆ ਵੀਰੇ ਠੀਕ ਆ ਹੱਸਦੀ ਖੇਡਦੀ ਜ਼ਿੰਦਗੀ ਨੂੰ ਤਬਾਹ ਨਾ ਕਰੋ ਜਿਹੜੇ ਅੱਜ ਨਸ਼ੇ ਦੇ ਵਿੱਚ ਪੀੜਿਤ ਨੇ ਆਣਾ ਲੋਕ ਉਹਨਾਂ ਨੂੰ ਇਹੀ ਸੁਨੇਹਾ ਵਾ ਤਬਾਹ ਵਾ ਵੀਰੇ ਜ਼ਿੰਦਗੀ ਕੋਈ ਫਾਇਦਾ ਨਹੀਂ 2 ਮਿੰਟ ਦਾ ਸਵਾਦ ਨਰਕਾ ਤੱਕ ਲਿਆ ਦਿੰਦਾ ਵੀਰੇ ਕਿਉਂਕਿ ਨਰਕਾ ਤੱਕ ਮੁੜ ਕੇ ਆਇਆ ਮੈਂ ਕਰ ਕਰ ਵੀ ਨਰਕੇ ਬਣ ਜਾਂਦਾ ਨਰਕ ਬਣ ਜਾਂਦਾ ਵੀਰੇ ਟੰਗਾਲ ਹੋ ਜਾਂਦਾ ਵਾ ਹੱਸਦਾ ਬੱਸਦਾ ਘਰ ਉੱਜੜ ਜਾਂਦਾ ਵੀਰੇ ਇੰਨੀ ਗੱਲ ਮੈਂ ਦੇਖੀ ਹਰਤਾਵਾਦ ਦਾ ਘਰ ਮੇਰਾ ਉੱਜੜ ਚੁੱਕਿਆ ਸੀ ਮਤਲਬ ਜਿਵੇਂ ਕਿੰਨੇ ਲੱਖ ਰੁਪਇਆ ਮਤਲਬ ਵੈਸੇ ਤਾਂ ਬਰਬਾਦੀ ਹੋਈ ਹੈ ਜਿਹੜੀ ਸਰੀਰ ਦੀ ਬਰਬਾਦੀ ਹੁੰਦੀ ਹੈ ਚਲੋ ਠੀਕ ਹੈ ਹੁਣ ਤੁਸੀਂ ਮਤਲਬ ਹੋ ਗਿਆ ਸਾਰਾ ਰੀਸਾਈਕਲ ਹੋ ਜਾਂਦਾ ਮਤਲਬ ਜਵਾਨੀ ਪੈਰੇ ਚ ਠੀਕ ਹੈ ਹੁਣ ਤੁਸੀਂ ਚੰਗੇ ਭਲੇ ਹੁਣ ਜੇ ਮੈਂ ਪੁੱਛਾਂ ਕਿੰਨੇ ਕਿੰਨੇ ਲੱਖਾਂ ਦਾ ਮੰਨ ਲਓ ਨਸ਼ਾ ਕਰ ਗਏ ਹੁਣ ਤੱਕ 4-5 ਸਾਲਾਂ ਚ ਹਿਸਾਬ ਕਿਤਾਬ ਹੈ ਕੋਈ ਇਹਰਾ ਹਿਸਾਬ ਕਿਤਾਬ ਵੀ ਨਹੀਂ ਬਾਤ ਤੋਂ ਬਾਤ ਇੰਨਾ ਤਾਂ ਹੋਊਗਾ ਕਿ 20 ਜਾਂ 30 ਤੋਂ ਪਲੱਸ ਤਾਂ ਮੈਂ ਨਸ਼ਾ ਕਰ ਗਿਆ ਹੂੰਗਾ 20 ਲੱਖ 20-30 ਲੱਖ ਤੋਂ ਵੱਧ ਤਾਂ ਨਸ਼ਾ ਕਰ ਕਰ ਗਿਆ ਹੂੰਗਾ ਜਿੱਥੇ ਤੱਕ ਮੈਨੂੰ ਲੱਗਦਾ ਵਾ ਇਹ ਵੀ 4-5 ਸਾਲਾਂ ਦੇ ਵਿੱਚ ਦੱਸ ਰਿਹਾ ਮੈਂ ਇਹ ਤਾਂ ਕਦੋਂ ਰੱਬ ਨੇ ਮੇਰੀ ਬਾਹ ਫੜੀ ਕਿ ਇੰਨਾ ਬਚਾ ਹੋ ਗਿਆ ਨਹੀਂ ਤਾਂ ਕਰਦੇ ਰੋੜਦੇ ਹੂੰ ਉਹਨ ਤੱਕ ਮੈਂ ਨਸੀਬ ਕਰਤੇ ਸੀਗੇ ਕਰਤਾ ਸੀਗਾ ਵੀ ਕਰਤਾ ਸੀਗਾ ਮੈਂ ਇਹਦਾ ਕਦੋਂ ਪ੍ਰਮਾਤਮਾ ਦੇ ਹੱਥ ਫੜਿਆ ਕਦੋਂ ਵਿੱਕੀ ਵੀਰਾ ਪ੍ਰਤਾਪਨਗਰ ਵਾਲਾ ਆਪਣਾ ਉਹਨਾਂ ਦਾ ਰਿਹਾਇਆ ਵਾ ਸੈਂਟਰ ਆ ਹਾਂਜੀ ਆਪਣੇ ਹਰਿਆਣੇ ਦੇ ਵਿੱਚ ਪਈ ਵਾ ਹਾਂ ਉੱਥੇ ਉਹਨਾਂ ਦਾ ਰਿਹਾਇਆ ਉਹਨਾਂ ਦਾ ਫਿਰ ਕਿਵੇਂ ਪਤਾ ਲੱਗਿਆ ਸੀ ਤੁਹਾਨੂੰ ਉਹ ਮੇਰੇ ਯਾਰ ਦੋਸਤੋਂ ਪਤਾ ਲੱਗਿਆ ਸੀਗਾ ਵੀਰੇ ਕਿ ਜੇ ਤੂੰ ਬਚਣਾ ਚਾਹੁੰਦਾ ਉਹਨਾਂ ਕੋਲ ਚੱਲ ਜਾ ਅੱਛਾ ਫਿਰ ਮੇਰੀ ਇਹਨਾਂ ਨਾਲ ਗੱਲਬਾਤ ਹੋਈ ਤੇ ਇਹਨਾਂ ਕੋਲ ਆਇਆ ਇਹਨਾਂ ਨੇ ਉਹ ਚੀਜ਼ਾਂ ਦੱਸੀਆਂ ਨਸ਼ੇ ਤੋਂ ਕਿਵੇਂ ਦੂਰ ਰਹਿਣਾ ਜਾਂ ਕਿਵੇਂ ਕੀ ਹੋਇਆ ਵਾ ਉਹ ਚੀਜ਼ਾਂ ਤੋਂ ਦੂਰ ਰਹਿ ਕੇ ਅੱਜ ਮੇਰੀ ਜ਼ਿੰਦਗੀ ਦੇਖ ਲਓ ਵੀਰੇ ਉਹਨਾਂ ਦੀ ਤਾਂ ਮਿਹਰਬਾਨੀ ਆ ਵੀਰੇ ਅੱਜ ਆ ਬੈਠੇ ਆ ਮਾਪਿਓ ਕੀ ਕਹਿੰਦੇ ਨੇ ਹੁਣ ਘਰ ਦੇ ਰਿਸ਼ਤੇਦਾਰ ਜਾਂ ਕੀ ਕਹਿੰਦੇ ਨੇ ਹੁਣ ਕਿਦਾਂ ਦਾ ਰਵਈਆ ਹੁਣ ਵੀਰੇ ਪਹਿਲੇ ਨਾਲ ਬਹੁਤ ਵਧੀਆ ਪਿਆਰ ਜਿਹੜੀ ਇੱਜ਼ਤ ਪਿਆਰ ਸੀਗਾ ਨਸ਼ੇ ਕਰਨ ਤੋਂ ਪਹਿਲਾਂ ਦੀ ਗੱਲ ਦੱਸਦਾ ਜਿੰਮੇਦਾਰ ਸੀਗਾ ਉਹ ਵਾਪਸ ਮੈਨੂੰ ਮਿਲ ਚੁੱਕਿਆ ਵਾ ਮਾਪਿਓ ਸੀਸਾ ਦਿੰਦੇ ਨੇ ਅਸੀਸਾ ਦਿੰਦੇ ਨੇ ਇਹਨਾਂ ਨੂੰ ਪਿੰਡ ਦੇ ਵਿੱਚ ਵੀ ਹੁੰਦੇ ਨੇ ਆਲੇ ਦਾਲੇ ਦੇ ਵੀ ਹੁੰਦੇ ਨੇ ਅਗਲੇ ਨੂੰ ਹੁੰਦਾ ਯਾਰ ਇਹ ਬਗਾਰ ਪਾਊਗਾ ਕੋਈ ਜਾਂ ਇਹ ਮੰਨ ਲਓ ਨਸ਼ੇ ਵਾਲਾ ਬੰਦਾ ਨਸ਼ੇੜੀ ਬੰਦਾ ਹਰੇਕ ਪਰੇ ਹੋਣ ਲੱਗ ਜਾਂਦਾ ਹੁਣ ਸਾਰੇ ਲਵੇ ਲੱਗਦੇ ਨੇ ਹਾਂ ਵੀਰੇ ਜਦੋਂ ਨਸ਼ਾ ਕਰਦੇ ਸੀ ਕਿ ਦੇਖ ਕੇ ਬੰਦਾ ਨਾ ਮੂੰਹ ਪਲਟ ਲੈਂਦਾ ਹੁੰਦਾ ਸੀਗਾ ਸਾਲਾ ਕੋਈ ਬਗਾਰ ਪਾਊਗਾ ਅੱਜ ਜੱਫੀਆਂ ਪਾਉਂਦੇ ਨੇ ਵੀਰੇ ਪਿੰਡ ਵਾਲੇ ਪਿਆਰ ਮਿਲਦਾ ਯਾਨੀ ਕਿ ਉਸ ਤਰੀਕੇ ਦੇ ਵਿੱਚ ਹਾਂਜੀ ਉਸ ਤਰੀਕੇ ਜਿਵੇਂ ਦਾ ਪਹਿਲਾ ਪਿਆਰ ਮਿਲਦਾ ਸੀਗਾ ਉਹ ਹੁਣ ਦੁਬਾਰਾ ਮਿਲਦਾ ਹੈ ਮਤਲਬ ਇਹ ਆ ਕਿ ਇੱਕੋ ਦਾਮ ਨਹੀਂ ਵੀਰੇ ਹੌਲੀ ਹੌਲੀ ਮਿਲ ਰਿਹਾ ਮਨ ਲੋ ਜਿਹੜਾ ਟਰਸਟ ਤੋੜਿਆ ਸੀਗਾ ਉਹ ਬਣਾਉਣ ਨੂੰ ਵੀ ਸਮਾਂ ਲੱਗਦਾ ਜਿਵੇਂ ਤੁਸੀਂ ਕਿਹਾ ਵੀ ਕਈ ਬੰਦੇ ਹਜੇ ਵੀ ਕਹਿੰਦੇ ਨੇ ਵੀ ਯਾਰ ਤੂੰ ਨਹੀਂ ਸੁਧਰ ਸਕਦਾ ਜਾਂ ਅਸੀਂ ਨਹੀਂ ਮੰਨਦੇ ਮਨ ਲੋ ਵਿਸ਼ਵਾਸ ਤੋੜਿਆ ਤੁਸੀਂ ਨੇ ਵਿਸ਼ਵਾਸ ਬਣਨ ਨੂੰ ਸਮਾਂ ਤਾਂ ਲੱਗੂਗਾ ਕੁਛ ਨਾ ਕੁਛ ਤਾਂ ਹੈਨਾ ਵਿਸ਼ਵਾਸ ਤੋੜਿਆ ਵਾ ਤੋੜਿਆ ਵੀ ਮੈਂ ਵੀਰੇ ਬਣਨ ਨੂੰ ਵੀ ਟਾਈਮ ਲੱਗਣਾ ਜੇ ਮੈਂ ਕਹਿ ਦਵਾਂ 6 ਮਹੀਨੇ ਲਾ ਕੇ ਮੈਂ ਸੈਂਟਰ ਨੂੰ ਵਾਪਸ ਘਰੇ ਜਾਵਾਂ ਮੇਰੇ ਘਰ ਦੇ ਨੂੰ ਵਿਸ਼ਵਾਸ ਹੋ ਜਵੇ ਵੀਰੇ ਇੰਨੀ ਛੇਤੀ ਨਹੀਂ ਵਿਸ਼ਵਾਸ ਤੋੜਨ ਨੂੰ 1 ਮਿੰਟ ਲੱਗਦਾ ਬਣਨ ਨੂੰ ਵੀਰੇ 2 2 3 ਦਿਨ ਸਾਲ ਲੱਗ ਜਾਂਦੇ ਜ਼ਿੰਦਗੀਆਂ ਲੱਗ ਜਾਂਦੀਆਂ ਨੇ ਟਾਈਮ ਤਾਂ ਲੱਗਣਾ ਵੀਰੇ ਟਾਈਮ ਤਾਂ ਦੇਣਾ ਪੈਂਦਾ ਵਾ ਵਿਸ਼ਵਾਸ ਮਨੂਣ ਨੂੰ ਵੀ ਤੋੜਿਆ ਵੀ ਆਪਾਂ ਵੀਰੇ ਹਾਂਜੀ ਹਲੋ ਹੁਣ ਰਮਨ ਕੀ ਰਿਅਲਾਈਜ਼ ਕਰ ਰਿਹਾ ਮੰਨ ਲਓ ਆਖਰੀ ਸਵਾਲ ਹੈ ਮੇਰਾ ਕੀ ਰਿਅਲਾਈਜ਼ ਕਰ ਰਹੇ ਹੋ ਮੰਨ ਲਓ ਉਹ ਸਮਾਂ ਤੇ ਅੱਜ ਦਾ ਸਮਾਂ ਕੀ ਕੀ ਮੰਨ ਲਓ ਮਹਿਸੂਸ ਕੀ ਕਰ ਰਹੇ ਹੋ ਵੀ ਮੈਂ ਉੱਧਰ ਕੀ ਕਰੀ ਜਾਂਦਾ ਸੀ ਅੱਜ ਦੇ ਸਮੇਂ 'ਚ ਫਰਕ ਕੀ ਮਹਿਸੂਸ ਕਰਦੇ ਹੋ ਆਪਣੇ ਆਪ 'ਚ ਫਰਕ ਮੈਂ ਇੰਨਾ ਹੀ ਕਰਦਾ ਵੀਰੇ ਮੈਂ ਤਾਂ ਰੱਬ ਦੀ ਮਿਹਰਬਾਨੀ ਕਰ ਰਿਹਾ ਬਿਕਰਮ ਬਾਈ ਦੀ ਮਿਹਰਬਾਨੀ ਕਰ ਰਿਹਾ ਉਹ ਯਾਰ ਦੀ ਮਿਹਰਬਾਨੀ ਕਰ ਰਿਹਾ ਜਿਨੇ ਉਹਨੇ ਬਿਕਰਮ ਬਾਈ ਦਾ ਡਰੈਸ ਦਿੱਤਾ ਮੈਨੂੰ ਮੈਂ ਇਹਨਾਂ ਕੋਲ ਪਹੁੰਚਿਆ ਵਾਂ ਅੱਜ ਦੇ ਦਿਨ ਵੀਰੇ ਫੀਲਿੰਗ ਇੰਨੀ ਕਿ ਵਧੀਆ ਬਣਾ ਕੀ ਕਿਸੇ ਚੀਜ਼ ਦੀ ਸਵੇਰੇ ਉੱਠਣਾ ਹੁੰਦਾ ਨਾ ਲੋਡ ਨਹੀਂ ਪੈਂਦੀ ਹੈਗੀ ਹਾਂਜੀ ਮਤਲਬ ਜਿਵੇਂ ਰਾਤ ਨੂੰ ਪੈਣ ਲੱਗੇ ਪਹਿਲਾਂ ਉਹ ਸੀਗਾ ਵੀ ਸਵੇਰ ਦਾ ਚਾਹੀਦਾ ਹੈ ਪੈਣ ਵਕਤ ਵੀ ਪੈਣ ਵਕਤ ਵੀ ਉਹ ਚੀਜ਼ ਦੀ ਲੋਡ ਸੀਗੀ ਤੇ ਸੌਣ ਵਕਤ ਵੀ ਉਹ ਚੀਜ਼ ਦੀ ਲੋਡ ਹਾਂ ਉੱਠਣ ਵਕਤ ਵੀ ਮਤਲਬ ਸੌਰੀ ਲੋਡ ਸੀਗੀ ਤੇ ਜੇ ਕੁਛ ਖਾਣ ਨੂੰ ਤਾਂ ਵੀ ਲੋੜ ਸੀਗੀ ਇੰਨਾ ਕ ਹੋ ਗਿਆ ਸੀਗਾ ਵੀਰੇ ਆਦੇ ਦਿਨ ਪਰਮਾਤਮਾ ਦੀ ਮਿਹਰ ਆ ਬਿਕਰਮ ਬਾਈ ਉਹਨਾਂ ਦੀ ਮਿਹਰ ਕਿ ਚੰਗੀ ਰਾਹ ਪਾਇਆ ਉਹਨਾਂ ਨੇ ਗਾਈਡ ਕੀਤਾ ਉਹਨਾਂ ਨੇ ਮੋਟੀਵੇਟ ਕੀਤਾ ਛੱਡਣ ਖਾਤਰ ਹਾਂਜੀ ਉਹਨਾਂ ਦੀ ਮਿਹਰਬਾਨੀ ਕਰਦਾ ਵੀਰੇ ਮੈਂ ਤਾਂ ਬਾਈ ਜਿਵੇਂ ਤੁਸੀਂ ਕਿਹਾ ਤੁਹਾਨੂੰ ਤਾਂ ਬਿਕਰਮ ਬਾਈ ਉਹਨਾਂ ਨੇ ਚਲੋ ਜਿਨ੍ਹਾਂ ਤੁਸੀਂ ਕਹਿੰਦੇ ਉਹਨਾਂ ਨੇ ਛਟਾਤਾ ਮਤਲਬ ਇੱਕ ਨਵੇਂ ਨੌਜਵਾਨ ਨੇ ਜਿਵੇਂ ਤੁਸੀਂ ਲੱਗੇ ਸਵਾਦ ਲੈਣ ਦੇ ਜਿਵੇਂ ਤੁਸੀਂ ਕਿਹਾ ਵੀ ਸਵਰਗ ਦਾ ਝੂਟਾ ਲੈਣਾ ਯਾਰ ਮੈਂ ਤਾਂ ਨਵੇਂ ਵੀ ਹੋਣਗੇ ਨੌਜਵਾਨ ਜਿਹੜੇ ਲੱਗ ਰਹੇ ਨੇ ਜਾਂ ਲੱਗ ਚੁੱਕੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਸਵਰਗ ਦਾ ਝੂਟਾ ਜਾਂ ਕੀ ਯਾ ਮੈਨੂੰ ਕੀ ਐਕਸਪਲੇਨ ਕਰ ਸਕਦੇ ਹਾਂ ਉਹਨਾਂ ਨੂੰ ਉਹਨਾਂ ਨੂੰ ਤਾਂ ਵੀਰੇ ਇਹੀ ਕਹਿਣਾ ਚਾਹੁੰਨਾ ਇਸ ਸਵਰਗ ਦਾ ਨਹੀਂ ਨਰਕ ਦਾ ਝੂਟਾ ਜਿਹੜੇ ਚੀਜ਼ ਦਲਦਲ ਦੇ ਵਿੱਚ ਫਸੇ ਹੋਏ ਨੇ ਤੁਹਾਨੂੰ ਇੱਕ ਨੰਬਰ ਦੇਣਾ ਉਹ ਨੰਬਰ ਤੇ ਤੁਸੀਂ ਫੋਨ ਕਰਕੇ 7814390835 ਇਹ ਨੰਬਰ ਤੇ ਤੁਸੀਂ ਫੋਨ ਕਰੋ ਤੁਹਾਨੂੰ ਚੰਗੇ ਰਾਹ ਪਾਉਣ ਦੀ ਸਲਾਹ ਮਿਲ ਜੂਗੀ ਵੀਰੇ ਤੁਹਾਨੂੰ ਚੰਗੇ ਰਾਹ ਪਾਏ ਇਹਨਾਂ ਨੇ ਹੋਰ ਗਿਆ ਇਹ ਉਹਨਾਂ ਦਾ ਹੀ ਨੰਬਰ ਆ ਹਾਂਜੀ ਮਤਲਬ ਕੀ ਕਹਿਣਾ ਚਾਹੁੰਦੇ ਹੋ ਨਵੇਂ ਮੁੰਡਿਆਂ ਨੂੰ ਮੈਂ ਤੁਹਾਨੂੰ ਮੈਸੇਜ ਕੀ ਦੇਣਾ ਚਾਹੁੰਦੇ ਹੋ ਤੁਸੀਂ ਇਹ ਮੰਨ ਲਓ ਜਿਵੇਂ ਤੁਸੀਂ ਕਿਹਾ ਵੀ ਸਵਰਗ ਦਾ ਝੂਟਾ ਮੈਂ ਲੈਣ ਦਾ ਲੈਣਾ ਚਾਹੁੰਦਾ ਸੀ ਮਨੋ ਨਿਕਲਿਆ ਨਰਕ ਦਾ ਝੂਟਾ ਤਬਾਹੀ ਦਾ ਝੂਟਾ ਨਵੇਂ ਮੁੰਡਿਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਮੁੰਡੇ ਇੱਧਰ ਨੂੰ ਲੱਗਣਾ ਚਾਹੁੰਦੇ ਨੇ ਜਿਨ੍ਹਾਂ ਨੂੰ ਲੱਗਦਾ ਇਹ ਸਵਰਗ ਦਾ ਝੂਟਾ ਹੈ ਜਾਂ ਜਿਹੜੇ ਫਸ ਚੁੱਕੇ ਨੇ ਨਵੇਂ ਮੁੰਡੇ ਨੂੰ ਵੀ ਇਹ ਹੀ ਕਹਿਣਾ ਵਾ ਜਿਵੇਂ ਮੈਂ ਸੁਬਾ ਸਵਾਚ ਚ ਲੱਗਿਆ ਸੀਗਾ ਕੀ ਮੇਰੀ ਜ਼ਿੰਦਗੀ ਕਿੱਥੇ ਤੋਂ ਕਿੱਥੇ ਚੱਲ ਗਈ ਸੀਗੀ ਬੰਦਾ ਇਹ ਹੈ ਕਿ ਚੋੜ-ਚੋੜ ਦੇ ਵਿੱਚ ਵੀਰੇ ਲੱਗ ਜਾਂਦਾ ਹੁੰਦਾ ਚੋੜਵਾਜੀ ਚੋੜਵਾਜੀ ਚ ਲੱਗ ਜਾਂਦਾ ਹੁੰਦਾ ਬਾਅਦ ਚ ਉਹ ਭੁਗਤ ਨਹੀਂ ਬਹੁਤ ਔਖੀ ਆ ਵੀਰੇ ਨੌਜਵਾਨ ਪੀੜੀ ਨੂੰ ਜਿਹੜੇ ਹੈ ਮੈਂ ਵੀ ਨੌਜਵਾਨ ਮੁੰਡਾ ਇੱਕ ਠੀਕ ਆ ਮੈਂ ਉਹਨਾਂ ਨੂੰ ਇਹੀ ਸੁਨੇਹਾ ਦੇਣਾ ਚਾਹੁੰਨਾ ਆ ਠੀਕ ਆ ਜਿਹੜੇ ਜਿਨ੍ਹਾਂ ਦੇ ਦਿਮਾਗ ਚ ਅੱਜ ਵੀ ਚੱਲਦਾ ਹੋਵੇ ਕਿ ਸਵਾਦ ਲੈ ਕੇ ਦੇਖ ਲਈਏ ਇਹ ਗਲਤ ਗੱਲ ਆ ਠੀਕ ਆ ਇਹ ਨਰਕਾ ਤੱਕ ਪਹੁੰਚਾ ਦਿੰਦਾ ਹੈ ਉਹ ਜਿਹੜੇ ਮੈਂ ਅਜੇ ਲੋਕ ਦੇਖੇ ਨੇ ਵੀਰੇ 40 40 ਕਿੱਲੇ ਵਾਲੇ ਵੀ ਜਿਹੜੇ ਆ ਪਿੰਡ ਦਾ ਇੱਕ ਮੁੰਡਾ 40 ਕਿੱਲੇ ਸੀ ਉਹਦੇ ਕੋਲ ਬੰਦੇ ਕੋਲ ਠੀਕ ਆ ਉਹ ਉਹਦੀ ਰੋਟੀ ਸਾਰਾ ਕੁਝ ਹੋਟਲ ਦੇ ਵਿੱਚ ਹੁੰਦਾ ਸੀਗਾ ਜਦੋਂ ਉਹ ਬੰਦਾ ਇਹ ਲੈਂਡ ਦੇ ਵਿੱਚ ਬੜਿਆ ਹੈਣਾ ਵੀਰੇ ਉਹ ਬੇਚ ਬੂਚ ਕੇ ਜ਼ਮੀਨਾਂ ਜਮੂਨਾ ਸਭ ਕੁਝ ਖਾ ਕੇ ਗੁਰਦੁਆਰੇ ਰੋਟੀ ਖਾਣ ਲੱਗ ਗਿਆ ਵੀਰੇ ਉਹ ਬੰਦਾ ਅੱਛਾ 40 ਕਿੱਲੇ ਆ ਦਾ ਮਾਲਕ ਇਹਦੇ ਵਿੱਚ 40 ਤੇ 40 ਕਿੱਲੇ ਉਜਾੜਦੇ ਵੀ ਉਹ ਬੰਦਾ ਮੈਂ ਗੁਰਦੁਆਰੇ ਰੋਟੀ ਖਾਂਦਾ ਦੇਖਿਆ ਵੀਰੇ ਅੱਛਾ ਜਦੋਂ ਮੈਂ ਉਹ ਟਾਈਮ ਇਹ ਟਾਈਮ ਤੋਂ ਪਹਿਲਾਂ ਦੀ ਮੈਂ ਗੱਲ ਕਰਦਾ ਮੇਰੇ ਇੱਕ ਵਾਰ ਵੀ ਦਿਮਾਗ 'ਚ ਨਹੀਂ ਆਇਆ ਸੀਗਾ ਕਿ ਸਾਰਾ ਮੇਰੇ ਨਾਲ ਵੀ ਹੋ ਜਾਊਗਾ ਮੈਂ ਮੈਂ ਉਹ ਬੰਦੇ ਵੀ ਦੇਖਿਆ ਵੀਰੇ ਪਤਾ ਹੀ ਨਹੀਂ ਲੱਗਿਆ ਪਤਾ ਵੀ ਨਹੀਂ ਲੱਗਿਆ ਗੁਰਦੁਆਰੇ ਰੋਟੀ ਖਾਂਦੇ ਦੇਖੇ ਨੇ ਮੈਂ ਬੰਦੇ ਵੀਰੇ ਮੈਂ ਤਾਂ ਨੌਜਵਾਨ ਨੂੰ ਜਿਹੜੇ ਕਹਿੰਦੇ ਨੇ ਸਵਾਦਲੈਂਡ ਦੇ ਚੱਕਰ ਦੇ ਵਿੱਚ ਜਾਂ ਚੋੜਵਾਜੀ 'ਚ ਵੀ ਕਹਿੰਦੇ ਆ ਮੈਂ ਤਾਂ ਇਹੀ ਸੁਨੇਹਾ ਦੇਣਾ ਨਾ ਵੀਰੇ ਆਹ ਦੇਖੋ ਹੱਥ ਜੋੜਨੇ ਆ ਬਹੁਤ ਔਖਾ ਹੋ ਗਿਆ ਤੋਬਈਆ ਵੀਰੇ ਬਈ ਚੰਗਾ ਲੱਗਿਆ ਤੁਹਾਡੇ ਨਾਲ ਮਿਲ ਕੇ ਸਾਨੂੰ ਵੀ ਚੰਗਾ ਲੱਗਿਆ ਵੀ ਪੰਜਾਬ ਦੀ ਜਵਾਨੀ ਜਿਹਦੇ ਉੱਪਰ ਠੱਪਾ ਲਾਇਆ ਸੀ ਕਦੇ ਬਾਲੀਵੁੱਡ 'ਚ ਫਿਲਮ ਆਈ ਹੈ ਜਿਹੜੀ ਉੱਡਤਾ ਪੰਜਾਬ ਵੀ ਕੱਲਾ ਨਸ਼ਾ ਹੀ ਨਹੀਂ ਕਰਦੇ ਨੌਜਵਾਨ ਉਧਰੋਂ ਮੁੜ ਵੀ ਆਉਂਦੇ ਨੇ ਤੇ ਉਹ ਪੰਜਾਬੀ ਨੌਜਵਾਨ ਹੈ ਜਿਹੜਾ ਮੰਨ ਲਓ ਮੱਛੀ ਕਹਿੰਦੇ ਪੱਥਰ ਚੱਟ ਕੇ ਜਿਹੜੀ ਮੁੜਿਆ ਜੀ ਹਾਂ ਵੀਰੇ ਉਹੀ ਕੰਮ ਹੋਇਆ ਪੱਥਰ ਚੱਟ ਕੇ ਪੱਥਰ ਚੜ ਕੇ ਮੁੜ ਕੇ ਆਈ ਜੀ ਵੀਰੇ ਹਾਂ ਜੀ ਵੀਰੇ ਤਾਂ ਇਹ ਸੀ ਬਾਈ ਰਮਨ ਜਿਹੜੇ ਕਹਿੰਦੇ ਕਰਦਿਆਂ ਦਾ ਇਕੱਲਾ ਇਕੱਲਾ ਪੁੱਤ ਸੀ ਚਾਚੇ ਦੇ ਵੀ ਕੋਈ ਔਲਾਦ ਨਹੀਂ ਸੀ ਚਾਚਾ ਵੀ ਪੁੱਤ ਮੰਦਾ ਸੀ ਤੇ ਚਾਚੇ ਨੇ ਹਰ ਸ਼ੌਂਕ ਪੂਰਾ ਕੀਤਾ ਪਰ ਉਸ ਚੀਜ਼ ਦਾ ਫਾਇਦਾ ਚੁੱਕ ਕੇ ਕਹਿੰਦੇ ਕਿਸ ਤਰੀਕੇ ਦੇ ਨਾਲ ਮੈਂ ਸਵਰਗ ਦਾ ਝੂਟਾ ਦੇਖਦਾ ਦੇਖਦਾ ਨਰਕ ਦੇ ਝੂਟੇ ਤੱਕ ਪਹੁੰਚ ਗਿਆ ਸੀ ਤਬਾਹੀ ਤੱਕ ਪਹੁੰਚ ਗਿਆ ਸੀ ਉਹ ਸਾਰੀ ਇਹਨਾਂ ਨੇ ਜਿਹੜੀ ਜ਼ਿੰਦਗੀ ਦੇ ਆਪਣੇ ਐਕਸਪੀਰੀਅੰਸ ਨੇ ਤਜਰਬਾ ਉਹ ਸਾਂਝਾ ਕੀਤਾ ਤਾਂ ਲੋੜ ਆ ਕਿਤੇ ਨਾ ਕਿਤੇ ਨੌਜਵਾਨ ਜਿਹੜੇ ਸੋਚ ਰਹੇ ਨੇ ਨਸ਼ੇ ਨੂੰ ਚਿੱਟੇ ਨੂੰ ਜਾਂ ਹੋਰਾਂ ਨਸ਼ਿਆਂ ਨੂੰ ਵੀ ਇਹ ਸਵਰਗ ਦਾ ਝੂਟਾ ਹੈ ਕਹਿੰਦੇ ਨਰਕ ਦਾ ਝੂਟਾ ਹੈ ਤੇ ਇੱਧਰ ਨੂੰ ਕੋਈ ਨਾ ਜਾਇਓ ਨੌਜਵਾਨ ਜਿਹੜੇ ਛੱਡਣਾ ਵੀ ਚਾਹੁੰਦੇ ਨੇ ਚਿੱਟਾ ਉਹ ਵੀ ਇਹਨਾਂ ਨੇ ਦੱਸਿਆ ਵੀ ਕਿਸ ਤਰੀਕੇ ਦੇ ਨਾਲ ਛੱਡ ਛੱਡ ਸਕਦੇ ਨੇ ਤੇ ਕੌਣ ਨੇ ਜਿਹੜੇ ਉਹ ਛਡਾਉਂਦੇ ਨੇ ਚਿੱਟਾ ਤੇ ਇਹਨਾਂ ਚੀਜ਼ਾਂ ਦੇ ਵਿੱਚੋਂ ਨਿਕਲ ਕਿਵੇਂ ਸਕਦੇ ਆ ਇਹ ਵੀ ਬਖੂਬੀ ਇਹਨਾਂ ਨੇ ਬਿਆਨ ਕਰਤਾ ਤਾਂ ਲੋੜ ਆ ਕਿਤੇ ਨਾ ਕਿਤੇ ਪੰਜਾਬ ਜਿਹੜੇ ਪੰਜਾਬ ਦੇ ਉੱਪਰ ਬਾਲੀਵੁੱਡ ਦੇ ਵਿੱਚ ਫਿਲਮਾਂ ਬਣ ਚੁੱਕੀਆਂ ਨੇ ਪੰਜਾਬ ਨੂੰ ਨਸ਼ੇੜੀ ਕਿਹਾ ਜਾਂਦਾ ਤਾਂ ਪੰਜਾਬ ਦੇ ਮੱਥੇ ਦੇ ਉੱਪਰੋਂ ਇੱਕ ਕਲੰਕ ਲਾਈਏ ਤੇ ਅਸੀਂ ਆਪਣੀ ਮੁੱਖ ਧਾਰਾ ਦੇ ਵਿੱਚ ਆ ਕੇ ਨਸ਼ੇ ਨੂੰ ਛੱਡੀ